जिहड़ी संगत दे नाल इतिहास सांझा करन दी वीरां वल्लों मैनूं जिम्मेवारी सौंपी गई सी। कल दे प्रकरण तों अगे शुरू करदे हां 18वीं सदी दा इतिहास। जिस तरह ज्ञानी जी ने तुहाडे नाल शब्द सांझा कीता कै, जिसकी उन्होंने बड़ी सुंदर उदाहरण दित्ती, करते की नित करता जाने कह जाने गुरसूरा। जिहड़ा साडा 18वीं सदी दा इतिहास है ਉਹ ਇੱਕ ਨਿਸ਼ਾਨੇ ਤੇ ਟਿਕਿਆ ਹੋਇਆ ਹੈ। ਅਸੀਂ ਕਹਿ ਸ਼ਬਦ ਦੇ ਅਰਥ ਸਮਝ ਲੈਣੇ ਜਾਂ ਉਸ ਪਰਮਾਤਮਾ ਦੀ ਮਿੱਤ ਨੂੰ ਜਾਂ ਤਾਂ ਗੁਰੂ ਸੂਰਮਾ ਜਾਣਦਾ ਹੈ ਜਾਂ ਅਕਾਲ ਪੁਰਖ ਖੁਦ ਜਾਣਦਾ ਹੈ, ਪਰ ਸਿੱਖ ਦਾ 18ਵੀਂ ਸਦੀ ਦਾ ਇਤਿਹਾਸ ਵੀ ਇੱਕ ਕਹਿ ਸ਼ਬਦ ਤੇ ਟਿਕਿਆ ਹੋਇਆ ਹੈ। ਕਹਿ ਰਾਜ ਕਰੇ ਹੈ ਕਹਿ ਲੜ ਮਰੇ ਹੈ, ਜਾਂ ਰਾਜ ਕਰਾਂਗੇ ਜਾਂ ਲੜ ਕੇ ਮਰਾਂਗੇ, ਤੀਸਰਾ ਰਾਹ ਹੀ ਕੋਈ ਨਹੀਂ। ਕੱਲ ਅਸੀਂ ਸਾਰਿਆਂ ਨੇ ਇੱਕ ਵਿਚਾਰ ਕੀਤੀ ਸੀ ਕਿ 30 ਮਾਰਚ 1726 ਨੂੰ ਕੌਮ ਦਾ ਮਰਦ ਸ਼ੇਰ ਬਾਬਾ ਤਾਰਾ ਸਿੰਘ ਵਾ 10 ਗ੍ਰੰਥੀ ਦੇ ਵਿੱਚੋਂ ਹੁਕਮਨਾਮਾ ਲੈਂਦਾ ਹੈ ਸ਼ਹਾਦਤ ਤੋਂ ਪਹਿਲਾਂ, ਜੋ ਕਹੋ ਕਾਲ ਤੇ ਭਾਜ ਕਰ ਬਾਜੀਅਤ ਤੋ ਕਹੋ ਕਿੰਟ ਕਹੋ ਭਾਜ ਕਰ ਜਾਈਏ। ਆਪਣੇ ਹੱਥੀ ਸਿੰਘਾਂ ਨੂੰ ਸ਼ਹੀਦ ਹੋਣ ਵਾਸਤੇ ਮੈਦਾਨੇ ਜੰਗ ਚ ਭੇਜਦੇ ਨੇ, ਆਪ ਇਸ਼ਨਾਨ ਕਰਨ ਦੇ ਵਾਸਤੇ ਉਹਨਾਂ ਨੂੰ ਪਾਣੀ ਦਿੰਦੇ ਨੇ, ਤੇ ਜਦੋਂ ਸਿੰਘ ਕਹਿੰਦੇ ਨੇ ਭਾਈ ਤਾਰਾ ਸਿੰਘ ਜੀ ਤੁਹਾਡੀ ਸੇਵਾ ਵਾਸਤੇ ਤੁਹਾਡੇ ਇਸ਼ਨਾਨ ਦੇ ਵਾਸਤੇ ਪਾਣੀ ਲਾਈਏ, ਤੇ ਭਾਈ ਤਾਰਾ ਸਿੰਘ ਦਾ ਜਵਾਬ ਹੈ ਦੇਹੇ ਪਵਿੱਤਰ ਹੋਏ ਸ਼ਸਤਰ ਲਗਾਏ। ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੈਦਾਨੇ ਜੰਗ ਚ ਸਿੰਘ ਜੂਝਦੇ ਨੇ, ਸ਼ਹਾਦਤਾਂ ਪ੍ਰਾਪਤ ਕਰ ਜਾਂਦੇ ਨੇ। ਉਸ ਪਿੰਡ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਗੋਲੀਆਂ ਚੱਲਣ ਦੀ, 40 ਤੋਪਾਂ ਚੱਲਣ ਦੀ, ਰਹਿਕਲੇ ਚੱਲਣ ਦੀ ਆਵਾਜ਼ ਆਉਂਦੀ ਹੈ, ਤੇ ਜ਼ਿਮੀਂਦਾਰ ਪਰਿਵਾਰ ਦੇ 2 ਬੱਚੇ ਲਾਗਲੇ ਪਿੰਡ ਦੇ ਰਹਿਣ ਵਾਲੇ ਖੇਤਾਂ ਦੇ ਵਿੱਚ ਰੂੜੀ ਪਾਉਣ ਦੇ ਵਾਸਤੇ ਗੱਡਾ ਲੈ ਕੇ ਖੇਤਾਂ ਚ ਆਏ ਨੇ। ਇੱਕ ਭਰਾ ਕਹਿੰਦਾ ਇੰਜ ਲੱਗਦਾ ਹੈ ਇਨ੍ਹਾਂ ਤੋਪਾਂ ਦੇ ਗੋਲਿਆਂ ਦੀ ਆਵਾਜ਼ ਤੋਂ ਕਿ ਭਾਈ ਤਾਰਾ ਸਿੰਘ ਵਾਂ ਨੂੰ ਘੇਰਾ ਪੈ ਗਿਆ। ਭਰਾਵਾ ਤੂੰ ਘਰ ਜਾ ਕੇ ਮਾਂ ਨੂੰ ਦੱਸ ਦਵੀ, ਇਹਨੂੰ ਕਹਿੰਦੇ ਨੇ ਰਣ ਦੇਖ ਸੂਰੈ ਚਿੱਤ ਉਲਾਸ, ਜਾ ਕੇ ਮੇਰੀ ਮਾਂ ਨੂੰ ਦੱਸ ਦਵੀ ਕਿ ਮੈਂ ਸ਼ਹੀਦ ਹੋਣ ਚੱਲਿਆ। ਤੇ ਦੂਜਾ ਭਰਾ ਕਹਿੰਦਾ ਵੀਰਾ ਤੂੰ ਸ਼ਹੀਦ ਹੋਵੇਂ ਤੇ ਮੈਨੂੰ ਪਿੱਛੇ ਛੱਡ ਜਾਵੇਂ, ਇਹ ਤੇ ਫਿਰ ਕੋਈ ਇਨਸਾਫ਼ ਨਾ ਹੋਇਆ, ਮੈਂ ਵੀ ਤੇਰੇ ਨਾਲ ਜਾਣਾ। ਭਰਾ ਕਹਿੰਦਾ ਸ਼ਹੀਦੀ ਵਾਸਤੇ ਜਾਣਾ, ਛੋਟਾ ਭਰਾ ਕਹਿ ਰਿਹਾ ਮੈਂ ਵੀ ਸ਼ਹੀਦੀ ਵਾਸਤੇ ਜਾਣਾ, ਤੇ ਦੋਵੇਂ ਭਰਾ ਕਹਿੰਦੇ ਨੇ ਜੇ ਦੋਵਾਂ ਚੋਂ ਇੱਕ ਜਿੰਦਾ ਚਲਾ ਗਿਆ ਤਾਂ ਮਾਂ ਕਹੇਗੀ ਇੱਕ ਤੇ ਸ਼ਹਾਦਤ ਵਾਸਤੇ ਗੁਰੂ ਦੀ ਗੋਦ ਚ ਗਿਆ ਸੀ, ਤੂੰ ਕਿਹੜਾ ਮੂੰਹ ਲੈ ਕੇ ਘਰ ਆਇਆ। ਪਰਿਵਾਰਾਂ ਦੇ ਸਿੱਖੀ ਦਾ ਵਿਰਸਾ ਵੇਖਿਆ। ਦੋਵੇਂ ਭਰਾ ਚਲੇ ਜਾਂਦੇ ਨੇ, 21 ਸਿੰਘਾਂ ਤੋਂ ਬਾਅਦ ਸ਼ਹੀਦ ਹੋਣ ਵਾਲੇ ਇਹ 2 ਭਰਾ ਇਕੱਲੇ ਮੈਦਾਨੇ ਜੰਗ ਚ ਚਲੇ ਜਾਂਦੇ ਨੇ। ਜਾਂਦੇ ਨੂੰ ਮੈਦਾਨੇ ਜੰਗ ਦੇ ਵਿਚ ਬਾਕੀ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਨੇ। 2 ਸਿੰਘ ਘਰੋਂ ਖੇਤਾਂ ਦੇ ਵਿਚ ਰੂੜੀ ਪਾਉਣ ਦੇ ਵਾਸਤੇ ਗੱਡਾ ਲੈ ਕੇ ਆਏ ਨੇ, ਪਰ ਰਣ ਦੇਖ ਸੂਰੇ ਚਿੱਤ ਉਲਾਸ, ਸ਼ਹੀਦੀ ਦਾ ਚਾਅ ਲੈ ਜਾਂਦਾ ਉਹਨਾਂ ਨੂੰ ਮੈਦਾਨੇ ਜੰਗ ਦੇ ਵਿਚ। ਸ਼ਹੀਦ ਹੁੰਦੇ ਨੇ, ਇਹ ਖਬਰ ਲਾਗੇ ਦੇ ਪਿੰਡ ਕੈਰੋਂ ਪਿੰਡ ਚ ਪਹੁੰਚਦੀ ਹੈ। ਕੈਰੋਂ ਪਿੰਡ ਦਾ ਇਕ ਨੌਜਵਾਨ ਸਾਹਿਬ ਸਿੰਘ ਨੌਜਵਾਨਾਂ ਨੂੰ ਇਕੱਠਿਆਂ ਕਰਦਾ, ਉਹ ਗੁਰੂ ਕਿਉਂ ਸਿੱਖੋ, ਕੀ ਅੱਜ ਸਾਡੇ ਵਿਚ ਅਣਖ ਦ੍ਰਿੜਤਾ ਬਹਾਦਰੀ ਦਲੇਰੀ ਸਾਰੀ ਖਤਮ ਹੋ ਗਈ, ਕੀ ਅੱਜ ਸਾਡੀਆਂ ਰਗਾਂ ਦੇ ਵਿਚੋਂ ਉਹ ਖੂਨ ਖਤਮ ਹੋ ਗਿਆ ਜਿਹੜਾ ਖੂਨ ਗੁਰੂ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੇ ਸਿਰ ਸਾਡੀ ਝੋਲੀ ਚ ਪਾ ਕੇ ਸਾਨੂੰ ਦਾਨ ਦਿੱਤਾ ਸੀ, ਜਦੋਂ ਗੁਰਦੇਵ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੋਏ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ। ਕੈਰੋਂ ਪਿੰਡ ਦੇ ਕਈ ਨੌਜਵਾਨ ਤਿਆਰ ਹੋ ਗਏ, ਇਨ੍ਹਾਂ ਦੇ ਵਿਚੋਂ ਇਕ ਨੌਜਵਾਨ ਜਿਹੜਾ ਸੀ ਕਾਨੂੰਨ ਸ਼ੰਭ ਦੇ ਵਿਚ ਪਹੁੰਚਿਆ ਕੁਝ ਹੋਰ ਨੌਜਵਾਨਾਂ ਨੂੰ ਲੈ ਕੇ। ਕਾਨੂੰਨ ਸ਼ੰਭ ਦੇ ਵਿਚ ਖਾਲਸੇ ਪੰਥ ਦੇ ਕੁਝ ਜਰਨੈਲ ਤੇ ਖਾਲਸਾ ਪੰਥ ਬੈਠਾ। ਮੈਂ ਕੱਲ ਵੀ ਗੱਲ ਸਾਂਝੀ ਕੀਤੀ ਸੀ 1721 ਦੇ ਵਿਚ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਕੌਮ ਦੇ ਵਿਚ ਬੰਦਈ ਖਾਲਸਾ ਤੇ ਤੱਤ ਖਾਲਸਾ ਦਾ ਵਖੇੜਾ ਪੈਦਾ ਹੋਇਆ, ਉਸ ਨੂੰ ਭਾਈ ਮਨੀ ਸਿੰਘ ਨੇ ਖਤਮ ਕੀਤਾ, ਔਰ ਉਸ ਤੋਂ ਬਾਅਦ ਸਮੂਹਿਕ ਰੂਪ ਤੇ ਖਾਲਸੇ ਨੇ ਆਪਣੇ ਜਰਨੈਲ ਨੂੰ ਚੁਣਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ, ਉਹ ਸੀ ਬਾਬਾ ਦਰਬਾਰਾ ਸਿੰਘ। ਪਰ ਖਿਆਲ ਕਰਿਓ 18ਵੀਂ ਸਦੀ ਦੇ ਵਿਚ
ਬਾਬਾ ਦਰਬਾਰਾ ਸਿੰਘ ਤੋਂ ਲੈ ਕੇ ਬਾਬਾ ਦੀਪ ਸਿੰਘ ਤੱਕ ਜਿਨ੍ਹਾਂ ਜਰਨੈਲਾਂ ਨੇ ਕੌਮ ਦੀ ਵਾਗਡੋਰ ਸੰਭਾਲੀ ਹੈ, ਕਹਿ ਸਕਦੇ ਹਾਂ ਕਿ ਇਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਕੂਲ ਦੇ ਪੜੇ ਹੋਏ ਸੀ। ਉਸ ਸਕੂਲ ਦੇ ਜਿਸ ਸਕੂਲ ਦੀ ਪਹਿਲੀ ਸ਼ਰਤ ਇਹ ਸੀ, ਸੀਸ ਕੀ ਹੈ ਫੀਸ ਹੋਈ ਸਿੰਘਨ ਕੀ ਰੀਸ ਪਾਛੇ, ਆਓ ਇਸ ਗਲੀ ਸੀਸ ਤਲੀ ਪੇ ਟਿਕਾਏਗੀ। ਪਾਛੇ ਤੁਮ ਪਾਹੁਲ ਦੀਆ, ਪਹਿਲੇ ਤੁਮ ਸੀਸ ਲਿਆ, ਹਮ ਪਾਹੁਲ ਦੇਂਗੇ ਤੋ ਕਿਆ ਦਿਓਗੇ ਗਿਨਾਏਗੇ। ਇਹ ਸਾਰੇ ਉਸ ਸਕੂਲ ਦੇ ਪੜੇ ਹੋਏ ਸੀ। ਕੈਰੋ ਪਿੰਡ ਦੇ ਨੌਜਵਾਨ ਬਾਬਾ ਦਰਬਾਰਾ ਸਿੰਘ ਦੇ ਕੋਲ ਆਏ। ਹੁਣ ਖਿਆਲ ਕਰਿਓ, ਕੌਮ ਦੇ ਸਿਰਾਂ ਦੇ ਮੁੱਲ ਪੈਂਦੇ ਹੋਣ, ਕੌਮ ਜੰਗਲਾਂ ਦੇ ਵਿੱਚ ਬਸਰ ਕਰ ਰਹੀ ਹੋਵੇ ਆਪਣੀ ਜ਼ਿੰਦਗੀ, ਸਾਗ ਬਿਨਾਂ ਲੂਣ ਤੋਂ ਖਾ ਕੇ ਕੌਮ ਗੁਜ਼ਾਰਾ ਕਰ ਰਹੀ ਹੋਵੇ, ਜਿਸ ਤਰ੍ਹਾਂ ਮੈਂ ਕੱਲ ਬੇਨਤੀ ਕੀਤੀ ਸੀ, ਲੱਭੇ ਸਾਗ ਖਾਹੇ ਅੱਧ ਕੱਚਾ, ਬਿਰਸ਼ਨ ਫਲ ਫੂਲ ਔਰ ਸੱਕਾ। ਜਿਹੜੀ ਕੌਮ ਘਾਹ ਖਾ ਕੇ, ਰੁੱਖਾਂ ਦੇ ਪੱਤੇ ਖਾ ਕੇ, ਰੁੱਖਾਂ ਦੇ ਸੱਕ ਖਾ ਕੇ ਗੁਜ਼ਾਰਾ ਕਰ ਰਹੀ ਹੈ, ਉਸ ਕੌਮ ਦੇ ਵਿੱਚ ਗੁਰੂ ਪਾਤਸ਼ਾਹ ਨੇ ਆਤਮਿਕ ਦ੍ਰਿੜਤਾ ਕਿੰਨੀ ਭਰ ਦਿੱਤੀ। ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ, ਜਦੋਂ ਸਿੰਘਾਂ ਨੂੰ ਕੈਰੋਂ ਪਿੰਡ ਦੇ ਸਿੰਘਾਂ ਨੇ ਆ ਕੇ ਦੱਸਿਆ ਕਿ ਭਾਈ ਤਾਰਾ ਸਿੰਘ ਵਾਂ ਸ਼ਹੀਦੀ ਪ੍ਰਾਪਤ ਕਰ ਗਿਆ। ਦੁਨੀਆਂ ਦੀਆਂ ਕੌਮਾਂ ਦਾ ਇਤਿਹਾਸ ਪੜੋ, ਜਦੋਂ ਕਿਤੇ ਕੌਮ ਦਾ ਇੱਕ ਥੰਮ ਡਿੱਗ ਜਾਵੇ ਤੇ ਕੌਮ ਦੇ ਮਨੋਬਲ ਡਿੱਗਦੇ ਨੇ। ਅੱਜ ਕੌਮ ਦਾ ਇੱਕ ਥੰਮ ਬਾਬਾ ਤਾਰਾ ਸਿੰਘ ਵਾਰ ਡਿੱਗਾ ਤੇ ਲਿਖਾਰੀ ਕਹਿੰਦੇ ਨੇ, ਜਿਮ ਕਾਂਟੇ ਤੇ ਫਲੇ ਗੁਲਾਬ, ਵਧੇ ਸਿੰਘ ਜਿਉ ਪੜੇ ਅਜ਼ਾਬ। ਜਿਸ ਤਰ੍ਹਾਂ ਗੁਲਾਬ ਨੂੰ ਕੱਟਿਆ ਜਾਂਦਾ ਹੈ ਤੇ ਉਹਦੀਆਂ ਹੋਰ ਸ਼ਾਖਾਵਾਂ ਨਿਕਲਦੀਆਂ ਨੇ, ਹੋਰ ਫੁੱਲ ਲੱਗਦੇ ਨੇ, ਇਸ ਤਰ੍ਹਾਂ ਜਿਉਂ ਜਿਉਂ ਸਿੱਖਾਂ ਨੂੰ ਵੱਢਿਆ ਜਾਂਦਾ ਹੈ, ਕੱਟਿਆ ਜਾਂਦਾ ਹੈ, ਮੁਸੀਬਤਾਂ ਪੈਂਦੀਆਂ ਨੇ, ਸਿੱਖਾਂ ਦੀ ਗਿਣਤੀ ਵੱਧਦੀ। ਬਾਬਾ ਦਰਬਾਰਾ ਸਿੰਘ ਨੇ ਕੁਝ ਸਿੰਘਾਂ ਨੂੰ ਇਕੱਠਿਆ ਕੀਤਾ, ਗੁਰਮਤਾ ਕਰਕੇ ਤਿੰਨ ਮਤੇ ਪਾਸ ਕੀਤੇ ਨੇ। ਪਹਿਲਾ ਮਤਾ ਪਾਸ ਕੀਤਾ, ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾਵੇਗਾ। ਦੂਸਰਾ ਮਤਾ ਪਾਸ ਕੀਤਾ, ਸ਼ਸਤਰ ਔਰ ਘੋੜੇ ਖੋਏ ਜਾਣਗੇ। ਤੀਸਰਾ ਮਤਾ ਪਾਸ ਕੀਤਾ, ਹਕੂਮਤ ਦੇ ਮੁਖਬਰ ਸੋਧੇ ਜਾਣਗੇ। ਇਹ ਤਿੰਨ ਮਤੇ ਪਾਸ ਕਰਕੇ ਕੌਮ ਦੇ ਜਰਨੈਲ ਬਾਬਾ ਦਰਬਾਰਾ ਸਿੰਘ ਨੇ ਸਿੱਖਾਂ ਦੀਆਂ ਗਸ਼ਤੀ ਟੁਕੜੀਆਂ ਬਣਾ ਕੇ ਪੰਜਾਬ ਵੱਲ ਤੋਰ ਦਿੱਤੀਆਂ ਨੇ। ਸਭ ਤੋਂ ਪਹਿਲਾਂ ਚਵਿੰਡੇ ਦੇ ਥਾਣੇ ਤੋਂ ਮੁਲਤਾਨ ਨੂੰ ਜਾਂਦਾ ਖਜ਼ਾਨਾ ਲੁੱਟਿਆ ਗਿਆ। ਉਸ ਤੋਂ ਬਾਅਦ ਕਸੂਰ ਦਾ ਖਜ਼ਾਨਾ ਲੁੱਟਿਆ ਗਿਆ। ਉਸ ਤੋਂ ਬਾਅਦ ਮੁਲਤਾਨ ਤੋਂ ਦਿੱਲੀ ਨੂੰ ਜਾਂਦਾ ਖਜ਼ਾਨਾ ਲੁੱਟਿਆ ਗਿਆ। ਪਰ ਖਿਆਲ ਕਰਿਓ, ਸਿੱਖ ਨੇ ਉਸ ਮੈਦਾਨੇ ਜੰਗ ਦੇ ਵਿੱਚ ਖਜ਼ਾਨਿਆਂ ਨੂੰ ਲੁੱਟਦਿਆਂ ਵੀ ਆਪਣੇ ਇਖਲਾਕ ਨੂੰ ਨੀਵਾਂ ਨਹੀਂ ਹੋਣ ਦਿੱਤਾ। ਇਨ੍ਹਾਂ ਖਜ਼ਾਨਿਆਂ ਦੀ ਲੁੱਟ ਦੇ ਦੌਰਾਨ ਕਿਸੇ ਇੱਕ ਵੀ ਮਜ਼ਲੂਮ ਤੇ ਮਸਲੂਮ ਨੂੰ ਕਤਲ ਨਹੀਂ ਕੀਤਾ। ਬਾਬਾ ਦਰਬਾਰਾ ਸਿੰਘ ਦੀ ਅਗਵਾਈ ਵਿਚ ਹਰਗੋਬਿੰਦਪੁਰ ਦੇ ਨੇੜੇ ਇਕ ਸਰਕਾਰੀ ਖਜ਼ਾਨਾ ਲੁੱਟਿਆ ਗਿਆ। ਕਹਿਣ ਨੂੰ ਸਰਕਾਰੀ ਖਜ਼ਾਨਾ ਸੀ, ਖਜ਼ਾਨੇ ਦਾ ਇਕ ਰਖਵਾਲਾ ਸਿੰਘਾਂ ਦੇ ਹੱਥ ਆ ਗਿਆ। ਖਜ਼ਾਨਾ ਸਿੰਘਾਂ ਲੁੱਟ ਕੇ ਕਾਹਨੂੰਆਂ ਦੇ ਸ਼ੰਭ ਚ ਲੈ ਆਉਂਦੇ। ਜਦੋਂ ਉਸ ਅਹਿਲਕਾਰ ਕੋ ਪੁੱਛਗਿੱਛ ਕੀਤੀ, ਅਹਿਲਕਾਰ ਕਹਿੰਦਾ ਇਹ ਖਜ਼ਾਨਾ ਸਰਕਾਰੀ ਨਹੀਂ ਸੀ, ਇਹ ਤਾਂ ਸੇਠ ਪ੍ਰਤਾਪ ਚੰਦ ਦਾ ਸੀ। ਇਖਲਾਕ ਵੇਖਿਓ ਸਿੱਖ ਦਾ। ਬਾਬੇ ਦਰਬਾਰਾ ਸਿੰਘ ਨੇ ਕਿਹਾ, ਸਾਡੇ ਕੋਲ ਗਲਤੀ ਹੋਈ ਹੈ, ਅਸੀਂ ਤਾਂ ਸਰਕਾਰੀ ਖਜ਼ਾਨੇ ਲੁੱਟਣੇ ਸੀ, ਗਲਤੀ ਦੇ ਨਾਲ ਕਿਸੇ ਦਾ ਨਿੱਜੀ ਖਜ਼ਾਨਾ ਲੁੱਟਿਆ ਗਿਆ। ਆਪਣੀ ਜਾਨ ਜੋਖਮ ਤੇ ਪਾ ਕੇ ਸਿੰਘ ਸੇਠ ਪ੍ਰਤਾਪ ਦਾਸ ਦਾ ਖਜ਼ਾਨਾ ਵਾਪਸ ਕਰਕੇ। ਇਹ ਸਿੱਖ ਦਾ ਉਸ ਵੇਲੇ ਦਾ ਇਖਲਾਕ। ਖਜ਼ਾਨਾ ਸਿੱਖਾਂ ਨੇ ਹੁਣ ਤੱਕ ਇਸ ਕੁਝ ਮਹੀਨਿਆਂ ਦੇ ਸਮੇਂ ਦੇ ਵਿਚ 4 ਲੱਖ ਦੇ ਕਰੀਬ ਸਿੰਘਾਂ ਨੇ ਖਜ਼ਾਨਾ ਲੁੱਟ ਲਿਆ। ਉਸ ਤੋਂ ਬਾਅਦ ਇਕ ਕੰਧਾਰ ਦਾ ਨਵਾਬ ਮੁਰਤਜ਼ਾ ਖਾਨ ਦਿੱਲੀ ਦੇ ਬਾਦਸ਼ਾਹ ਸ਼ਾਹ ਮੁਹੰਮਦ ਨੂੰ ਘੋੜੇ ਵੇਚਣ ਵਾਸਤੇ ਜਾ ਰਿਹਾ ਸੀ, ਬੜੇ ਸੋਹਣੇ ਘੋੜੇ। ਇਹ ਜਿਹੜਾ ਸ਼ਾਹ ਮੁਹੰਮਦ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸੀ, ਇਸ ਨੂੰ ਫਾਰਸੀ ਦੀਆਂ ਸਰੋਤਾਂ ਦੇ ਵਿਚ ਸ਼ਾਹੇ ਬੇਖਬਰ ਵੀ ਲਿਖਿਆ ਗਿਆ। ਸ਼ਾਹੇ ਬੇਖਬਰ ਸ਼ਬਦ ਇਸ ਦੇ ਵਾਸਤੇ ਵਰਤਿਆ ਗਿਆ ਹੈ ਕਿਉਂਕਿ ਇਸ ਨੇ ਰਾਜ ਪ੍ਰਬੰਧ ਦੇ ਵੱਲ ਕੋਈ ਧਿਆਨ ਨਾ ਦਿੱਤਾ। ਇਸੇ ਕਰਕੇ ਇਸ ਸਮੇਂ ਦੇ ਜਿੰਨੇ ਹਾਕਮ ਸੀ, ਨਾਜ਼ਮ ਸੀ, ਉਨ੍ਹਾਂ ਨੇ ਮਨਮਾਨੀਆਂ ਕੀਤੀਆਂ। ਜਿਸ ਤਰ੍ਹਾਂ ਸ਼ਾਇਰੇ ਮਸ਼ਰਕ ਮੁਹੰਮਦ ਇਕਬਾਲ ਆਪਣੀ ਰਚਨਾ ਜ਼ਰਬੇ ਕਲੀਮ ਦੇ ਵਿਚ ਲਿਖਦਾ ਨਾ, ਕਹਿੰਦਾ ਆ ਸ਼ੇਖ ਤੁਝੇ ਬਤਲਾਉਂ ਤਕਦੀਰੇ ਉਮਮ ਕਿਆ ਹੈ, ਤੇਗੋ ਸਨਾਨ ਅਵਲ ਤੌਸੋ ਰਬਾਬ ਆਖਰ। ਕਹਿੰਦਾ ਆ ਤੈਨੂੰ ਮੈਂ ਦੱਸਦਾ ਸ਼ੇਖ ਕੌਮ ਦੀ ਜ਼ਿੰਦਗੀ ਕੀ ਹੁੰਦੀ ਹੈ। ਜਿਹੜੀਆਂ ਕੌਮਾਂ ਮੈਦਾਨੇ ਜੰਗ ਦੇ ਵਿਚ ਤੇਗਾਂ ਦੇ ਨਾਲ ਖੂਨ ਦੇ ਨਾਲ ਇਸ਼ਨਾਨ ਕਰਨਾ ਜਾਣਦੀਆਂ ਨੇ, ਉਹ ਕੌਮਾਂ ਦੁਨੀਆਂ ਤੇ ਜੀਂਦੀਆਂ ਰਹਿੰਦੀਆਂ ਨੇ, ਤੇ ਜਿਹੜੀਆਂ ਕੌਮਾਂ ਰਾਗ ਰੰਗ ਦੇ ਵਿੱਚ ਮਸਤ ਹੋ ਕੇ ਨ੍ਰਿਤਕਾਰੀ ਕਰਦੀਆਂ ਨੇ, ਉਹ ਕੌਮਾਂ ਦੁਨੀਆਂ ਦੀ ਨਕਸ਼ੇ ਤੋਂ ਖਤਮ ਹੋ ਜਾਂਦੀਆਂ। ਸ਼ਾਹ ਮੁਹੰਮਦ ਦੇ ਵਾਸਤੇ ਘੋੜੇ ਲੈ ਕੇ ਆ ਰਿਹਾ ਸੀ ਮੁਰਤਜ਼ਾ ਖਾਨ, ਰਸਤੇ ਦੇ ਵਿਚ ਸਿੰਘਾਂ ਨੇ ਉਹ ਵੀ ਲੁੱਟ ਲਏ। ਮੁਰਤਜ਼ਾ ਖਾਨ ਜਿਹੜਾ ਸੀ
ਇਹ 7000 ਹੀ ਮਨਸਬਦਾਰ ਸੀ। ਕੋਈ ਛੋਟੀ ਗੱਲ ਨਹੀਂ ਸੀ। ਸਿੰਘਾਂ ਨੇ ਘੋੜੇ ਲੁੱਟ ਲਏ। ਹੁਣ ਜ਼ਕਰੀਆ ਖਾਨ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਗੁੱਸਾ ਚੜਿਆ। ਅਜੀਬ ਗੱਲ ਹੈ, ਅਸੀਂ ਤਾਰਾ ਸਿੰਘ ਵਾਂ ਨੂੰ ਖਤਮ ਕੀਤਾ ਸੀ, ਹੁਣ ਤਾਂ ਜਗ੍ਹਾ ਜਗ੍ਹਾ ਦੇ ਉੱਪਰ ਸਿੰਘਾਂ ਦੇ ਜਥੇ ਪੈਦਾ ਹੋ ਰਹੇ ਨੇ, ਜਗ੍ਹਾ ਜਗ੍ਹਾ ਦੇ ਉੱਪਰ ਸਾਨੂੰ ਵੰਗਾਰ ਰਹੇ ਨੇ। ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ, ਉਹ ਕਹਿੰਦਾ ਹੈ ਕਿ ਹੁਣ ਸਿੰਘ ਘੋੜਿਆਂ ਦੇ ਉੱਪਰ ਪਿੰਡਾਂ ਦੇ ਵਿੱਚ ਫਿਰਦੇ ਆਮ ਵੇਖੇ ਜਾਂਦੇ ਸੀ। ਪਰ ਖਿਆਲ ਕਰਿਓ, ਉਹਨਾਂ ਸਮਿਆਂ ਦੇ ਵਿੱਚ ਉਸ ਨੇ ਫਿਰ 22,000 ਫੌਜ ਦਾ ਜਥਾ ਦੇ ਕੇ ਇਸੇ ਹੀ ਕੰਧਾਰ ਦੇ ਹਾਕਮ ਮੁਰਤਜ਼ਾ ਖਾਨ, ਤਤਾਰ ਖਾਨ ਤੇ ਰਾਜੇ ਟੋਡਰਮੱਲ ਦੇ ਪੁੱਤਰ ਨੂੰ ਅਗਵਾਈ ਦੇ ਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਖਤਮ ਕਰਨ ਵਾਸਤੇ ਤੋਰਿਆ। ਸਭ ਤੋਂ ਪਹਿਲਾਂ ਇਸ ਜਥੇ ਨੇ ਆ ਕੇ ਪਤਾ ਇਹ ਕੀਤਾ ਕਿ ਤਾਰਾ ਸਿੰਘ ਵਾਂ ਦੀ ਸ਼ਹਾਦਤ ਦੀ ਖਬਰ ਸਿੰਘਾਂ ਤੱਕ ਜਿਹੜੇ ਸ਼ੰਭ ਚ ਬੈਠੇ ਸੀ ਉਹ ਕਿਵੇਂ ਪਹੁੰਚੀ। ਜ਼ਰੂਰੀ ਸੀ ਫੌਜ ਦੇ ਵਾਸਤੇ, ਪਤਾ ਕੀਤਾ, ਪਤਾ ਲੱਗਾ ਕਿ ਕੈਰੋਂ ਪਿੰਡ ਦੇ ਨੌਜਵਾਨ ਜਿਹੜੇ ਸੀ ਉਹਨਾਂ ਨੇ ਇਹ ਖਬਰ ਪਹੁੰਚਾਈ ਹੈ। ਕੈਰੋਂ ਪਿੰਡ ਨੂੰ ਘੇਰਾ ਪਾਇਆ ਗਿਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਘਮਸਾਨ ਦਾ ਯੁੱਧ ਹੁੰਦਾ ਰਿਹਾ। ਔਰ ਉਸ ਯੁੱਧ ਦੇ ਵਿੱਚ ਇੱਕ ਭਾਈ ਸਾਹਿਬ ਸਿੰਘ ਨੂੰ ਛੱਡ ਕੇ ਕੈਰੋਂ ਪਿੰਡ ਦੇ ਸਾਰੇ ਨੌਜਵਾਨ ਸ਼ਹੀਦ ਮੈਦਾਨੇ ਜੰਗ ਦੇ ਵਿੱਚ ਜੂਝਦੇ ਹੋਏ। ਭਾਈ ਸਾਹਿਬ ਸਿੰਘ ਨੇ ਫਿਰ ਖਾਲਸੇ ਨੂੰ ਆ ਕੇ ਖਬਰ ਦਿੱਤੀ ਹੈ। ਦੂਸਰੀ ਖਾਲਸਾ ਰਾਵੀ ਦੇ ਕੰਢੇ ਪਿੰਡ ਹਵੇਲੀ ਦੇ ਵਿੱਚ ਇਕੱਠਾ ਹੋਇਆ। ਉੱਥੇ ਫਿਰ ਇਨ੍ਹਾਂ ਮੁਗਲ ਫੌਜਾਂ ਨੇ ਘੇਰਾ ਪਾਇਆ। ਉਥੋਂ ਸਿੰਘਾਂ ਨੇ ਮੁਗਲ ਫੌਜਾਂ ਨੂੰ ਫਿਰ ਹਾਰ ਦਿੱਤੀ ਹੈ। ਉਥੋਂ ਨਿਕਲਦੇ ਹੋਏ ਸਿੰਘ ਕਰਤਾਰਪੁਰ ਆ ਕੇ ਬੈਠੇ ਨੇ। ਕਰਤਾਰਪੁਰ ਆ ਕੇ ਡੇਰਾ ਲਾਇਆ ਤੇ ਕਰਤਾਰਪੁਰ ਨੂੰ ਤਬਾਹ ਕਰਨ ਦੇ ਵਾਸਤੇ ਤਤਾਰ ਖਾਨ ਤੇ ਮੁਰਤਜ਼ਾ ਖਾਨ ਨੇ ਆਲੇ ਦੁਆਲੇ ਤੋਪਾਂ ਬੀੜ ਦਿੱਤੀਆਂ ਕਿ ਪਿੰਡ ਨੂੰ ਉਡਾ ਦਿੱਤਾ ਜਾਵੇ, ਇੱਥੇ ਸਿੰਘ ਬੈਠੇ। ਗੁਰੂ ਦੀ ਕਰਨੀ, ਉਹ ਗੁਰੂ ਨਾਨਕ ਦਾ ਦਰ ਸੀ। ਰਾਤ ਇੰਨੀ ਬਾਰਿਸ਼ ਹੋਈ ਕਿ ਤੋਪਾਂ ਦੇ ਪਲੀਤਿਆਂ ਨੂੰ ਅੱਗ ਨਾ ਲੱਗ ਸਕੇ। ਜਦੋਂ ਸਿੰਘਾਂ ਨੂੰ ਪਤਾ ਲੱਗਾ ਕਿ ਅੱਜ ਇਨ੍ਹਾਂ ਦੀਆਂ ਤੋਪਾਂ, ਇਨ੍ਹਾਂ ਦੇ ਰਹਿਕਲੇ, ਇਨ੍ਹਾਂ ਦੇ ਜ਼ੰਬੂਰੇ ਬੇਅਸਰ ਹੋ ਗਏ ਨੇ, ਸਿੰਘ ਤਲਵਾਰਾਂ ਧੂ ਕੇ ਪੈ ਗਏ, ਮੁਰਤਜ਼ਾ ਖਾਨ ਭੱਜ ਗਿਆ, ਤਤਾਰ ਖਾਨ ਭੱਜ ਗਿਆ, ਟੋਡਰਮੱਲ ਦਾ ਪੁੱਤਰ ਭੱਜ ਗਿਆ। ਸਿੰਘਾਂ ਨੇ ਪਿੱਛਾ ਕੀਤਾ ਤੇ ਭੀਲੋਵਾਲ ਪਿੰਡ ਦੇ ਵਿੱਚ ਸਾਰੇ ਸੋਧ ਦਿੱਤੇ ਜਾ ਕੇ। ਹੁਣ ਇਹ ਕੋਈ ਛੋਟੀ ਘਟਨਾ ਨਹੀਂ ਸੀ। ਸਿੰਘਾਂ ਦਾ ਇੱਕ ਛੋਟਾ ਜਿਹਾ ਜਥਾ ਇੰਨੇ ਥੋੜੇ ਜਿਹੇ ਮਹੀਨਿਆਂ ਦੇ ਵਿੱਚ ਇੰਨਾ ਤਾਕਤਵਰ ਹੋ ਗਿਆ ਕਿ ਉਸਨੇ ਸਾਰੇ ਇਲਾਕੇ ਦੇ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ। ਸਿੰਘਾਂ ਨੇ ਪਿੰਡਾਂ ਦੇ ਵਿੱਚ ਦੁਬਾਰਾ ਅੰਮ੍ਰਿਤ ਸੰਸਕਾਰ ਸ਼ੁਰੂ ਕੀਤਾ, ਗੁਰਬਾਣੀ ਦਾ ਪ੍ਰਵਾਹ ਤੇ ਪ੍ਰਚਾਰ ਸ਼ੁਰੂ ਕੀਤਾ ਤੇ ਫਿਰ ਆਪਣੀ ਹੋਂਦ ਨੂੰ ਵਿਖਾਉਣਾ ਉਸ ਇਲਾਕਿਆਂ ਦੇ ਵਿੱਚ ਸ਼ੁਰੂ ਕੀਤਾ। ਹੁਣ ਜ਼ਕਰੀਆ ਖਾਨ ਜਿਹੜਾ ਉਹ ਸੋਚ ਰਿਹਾ ਕਿ ਸਿੰਘਾਂ ਦੇ ਉੱਪਰ ਕਿਵੇਂ ਕਾਬੂ ਪਾਇਆ ਜਾਵੇ, ਕਿਉਂਕਿ ਹੁਣ ਸਿਰ ਚੁੱਕ ਰਹੇ ਨੇ ਸਿੰਘ ਪੰਜਾਬ ਦੇ ਵਿੱਚ। ਜਗ੍ਹਾ ਜਗ੍ਹਾ ਦੇ ਉੱਪਰ ਸਿੰਘ ਆਪਣੇ ਆਪ ਨੂੰ ਜਥੇਬੰਦ ਕਰ ਰਹੇ ਨੇ ਤੇ ਬਿਲਕੁਲ ਜਿਸ ਤਰ੍ਹਾਂ ਗਸ਼ਤੀ ਫੌਜਾਂ ਸਿੱਖਾਂ ਦਾ ਸ਼ਿਕਾਰ ਕਰਦੀਆਂ ਸੀ, ਹੁਣ ਸਿੰਘਾਂ ਨੇ ਇਹੋ ਜਿਹੇ ਜਥੇ ਕਾਇਮ ਕਰ ਲਏ ਕਿ ਉਨ੍ਹਾਂ ਨੇ ਗੁਰਿੱਲਾ ਲੜਾਈ ਲੜਨੀ ਸ਼ੁਰੂ ਕਰ ਦਿੱਤੀ। ਇਸੇ ਕਰਕੇ ਕਈ ਇਤਿਹਾਸਕਾਰ ਲਿਖਦੇ ਨੇ ਕਿ ਜੇਕਰ ਲੜਾਈ ਦਾ ਢੰਗ ਸਿੱਖਣਾ ਤੇ ਗੁਰਿੱਲਾ ਲੜਾਈ ਦਾ ਢੰਗ ਸਿੱਖਾਂ ਤੋਂ ਸਿੱਖਿਆ ਜਾਵੇ। ਸਿੱਖਾਂ ਦੇ ਖਿਲਾਫ ਬਹੁਤ ਕੁਝ ਲਿਖਣ ਵਾਲਾ ਕਲਾਤ ਸ਼ਹਿਰ ਦਾ ਰਹਿਣ ਵਾਲਾ ਨਾਸਰ ਖਾਨ ਦਾ ਉਸਤਾਦ ਕਾਜ਼ੀ ਨੂਰ ਮੁਹੰਮਦ ਵੀ ਇੱਕ ਗੱਲ ਲਿਖ ਦਿੰਦਾ ਹੈ, ਸਗਾਰਾ ਮਗੋ ਸਕ ਹਸਤੰਦ ਸ਼ੇਰ ਬਾ ਮਾਦਾ ਨੇ ਮਰਦਾਂ ਚੋ ਸ਼ੇਰਾਂ ਦਾ ਪੇਸ਼। ਕਾਜ਼ੀ ਨੂਰ ਮੁਹੰਮਦ ਨੂੰ ਵੀ ਇਹ ਗੱਲ ਕਹਿਣੀ ਪਈ। ਸਿੱਖਾਂ ਨੇ ਹੌਲੀ ਹੌਲੀ ਆਪਣਾ ਦਬਦਬਾ ਕਰਨਾ ਕਾਇਮ ਸ਼ੁਰੂ ਕੀਤਾ ਹੈ। ਹੁਣ ਜ਼ਕਰੀਆ ਖਾਨ ਬੜਾ ਨੀਤੀਵਾਨ ਜਰਨੈਲ ਸੀ। ਉਸਨੇ ਸੋਚਿਆ ਕਿ ਸਿੱਖਾਂ ਨੂੰ ਹੁਣ ਕੇਵਲ ਸਖਤੀ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਉਸਨੇ ਇੱਕ ਚਿੱਠੀ ਲਿਖੀ ਹੈ ਦਿੱਲੀ ਦੇ ਬਾਦਸ਼ਾਹ ਦੇ ਵੱਲ, ਜਿਹੜੇ ਚਿੱਠੀ ਦੇ ਸ਼ਬਦ ਨੇ ਤੁਹਾਡੇ ਨਾਲ ਸਾਂਝੇ ਕਰਦਾ। ਬੇਸ਼ੱਕ ਉਨ੍ਹਾਂ ਸ਼ਬਦਾਂ ਦੇ ਵਿੱਚ ਜਿਹੜਾ ਸਾਡੇ ਵਾਸਤੇ ਸ਼ਬਦ ਵਰਤਿਆ ਗਿਆ ਉਹ ਕੋਈ ਇੰਨਾ ਚੰਗਾ ਨਹੀਂ, ਪਰ ਹਮੇਸ਼ਾ ਹੀ ਦੁਸ਼ਮਣ ਜਿਹੜਾ ਹੈ ਨਾ ਉਹ ਦੁਸ਼ਮਣ ਦੇ ਵਾਸਤੇ ਇਹੋ ਜਿਹੇ ਸ਼ਬਦ ਹੀ ਵਰਤਦਾ। ਉਹ ਕਹਿੰਦਾ ਜੇ ਦੁਸ਼ਮਣ ਗੁੜ ਦਿਓ ਮਰੇ ਕਿਉਂ ਜ਼ਹਿਰ ਪਾਈਏ। ਕਹਿੰਦਾ ਜੇ ਗੁੜ ਦੇਣ ਦੇ ਨਾਲ ਦੁਸ਼ਮਣ ਮਰਦਾ ਹੋਵੇ ਤਾਂ ਜ਼ਹਿਰ ਦੇਣ ਦੀ ਕੀ ਲੋੜ ਹੈ। ਇਹ ਗਨੀਮ ਹੈ ਬੁਰੀ ਬੁਲਾਏ ਦੇਵੋ ਟੁੱਕ ਇਨਕੋ ਪਰਚਾਏ। ਕਹਿੰਦਾ ਇਹ ਜਿਹੜੇ ਸਿੱਖ ਨੇ ਬੜੀ ਬੁਰੀ ਬੁਲਾ ਲਈ, ਇਨ੍ਹਾਂ ਦੇ ਨਾਲ ਮੈਂ ਲੜ ਕੇ ਵੇਖ ਲਿਆ ਹੈ, ਇਨ੍ਹਾਂ ਨੂੰ ਹੁਣ ਜ਼ਹਿਰ ਦੇ ਨਾਲ ਸਖਤੀ ਦੇ ਨਾਲ ਨਹੀਂ ਮਾਰਿਆ ਜਾਣਾ, ਗੁੜ ਦੇਣ ਦੀ ਲੋੜ ਹੈ। ਦੇਹੋ ਟੁੱਕ ਲਵੋ ਪਰਚਾਏ, ਜਿਸ ਤਰ੍ਹਾਂ ਕੁੱਤੇ ਨੂੰ ਟੁੱਕ ਪਾ ਕੇ ਪਰਚਾਇਆ ਜਾਂਦਾ ਹੈ ਨਾ, ਹੁਣ ਸਿੱਖਾਂ ਨੂੰ ਟੁੱਕ ਪਾ ਕੇ ਪਰਚਾਇਆ ਜਾਵੇ। ਇਹਨੇ ਜ਼ਕਰੀਆ ਖਾਨ ਨੇ ਸਿੱਖਾਂ ਦੇ ਨਾਲ ਸੰਬੰਧ ਬਣਾਉਣੇ ਸ਼ੁਰੂ ਕੀਤੇ।
ਜ਼ੰਬਰ ਪਿੰਡ ਦੇ ਵਸਨੀਕ ਭਾਈ ਸ਼ਬੇਕ ਸਿੰਘ ਦੇ ਨਾਲ, ਕਿਉਂਕਿ ਸਰਕਾਰੀ ਠੇਕੇਦਾਰ ਸੀ, ਉਹਨਾਂ ਦੇ ਨਾਲ ਸੰਬੰਧ ਪੈਦਾ ਕੀਤੇ। ਉਹਨਾਂ ਨੂੰ ਬੁਲਾਇਆ, ਬੁਲਾ ਕੇ ਬੇਨਤੀ ਕੀਤੀ। ਸ਼ਬੇਕ ਸਿੰਘ ਜੀ ਫਾਰਸੀ ਦੇ ਬੜੇ ਚੰਗੇ ਵਿਦਵਾਨ ਵੀ ਸੀ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਸਿਆਣੇ ਹੋ, ਮੈਂ ਚਾਹੁੰਦਾ ਹਾਂ ਕਿ ਜਿਹੜਾ ਪਿਛਲਾ ਕਤਲੇਆਮ ਹੋਇਆ ਹੈ, ਮੈਂ ਉਸ ਦੀ ਤਲਾਫੀ ਮਹਿਸੂਸ ਕਰਾਂ, ਮੈਨੂੰ ਉਸ ਦਾ ਪਛਤਾਵਾ ਹੈ, ਪਰ ਹੁਣ ਮੈਂ ਚਾਹੁੰਦਾ ਹਾਂ ਕਿ ਜੇਕਰ ਸਿੱਖਾਂ ਨੂੰ ਇੱਕ ਛੋਟਾ ਜਿਹਾ ਰਾਜ ਦਿੱਤਾ ਜਾਵੇ, ਇੱਕ ਇਲਾਕੇ ਦੀ ਨਵਾਬੀ ਦਿੱਤੀ ਜਾਵੇ ਜਿੱਥੇ ਇਹ ਆਜ਼ਾਦੀ ਦਾ ਨਿੱਘ ਮਾਣ ਸਕਣ। ਤਿੰਨ ਥਾਵਾਂ ਦੀ ਜ਼ੰਗੀਰ, ਦੇਪਾਲਪੁਰ, ਕੰਗਣਵਾਲ ਤੇ ਚਬਾਲ, ਇਨ੍ਹਾਂ ਤਿੰਨਾਂ ਪਿੰਡਾਂ ਦੀ ਜ਼ਗੀਰ ਦਾ ਪੱਟਾ ਲਿਖਿਆ ਗਿਆ 1733 ਦੇ ਵਿੱਚ। ਹੁਣ ਇੱਕ ਗੱਲ ਖਿਆਲ ਕਰਿਓ, ਸਿੱਖਾਂ ਨੇ 1716 ਤੋਂ ਲੈ ਕੇ 1733 ਤੱਕ ਦੇ ਸਮੇਂ ਦੇ ਵਿੱਚ ਕਿੰਨੀ ਦ੍ਰਿੜਤਾ, ਕਿੰਨੀ ਬਹਾਦਰੀ ਔਰ ਕਿੰਨੀ ਸੰਗਠਨਾਤਮਕ ਯੁੱਧ ਨੀਤੀ ਦਾ ਵਿਖਾਵਾ ਕੀਤਾ ਹੋਵੇਗਾ ਕਿ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ, ਜਿਹੜੀ ਸੋਚਦੀ ਸੀ ਕਿ ਸਿੱਖ ਖਤਮ ਕੀਤੇ ਜਾ ਰਹੇ ਨੇ, ਅੱਜ ਉਨ੍ਹਾਂ ਸਿੱਖਾਂ ਨੂੰ ਨਵਾਬੀ ਪੇਸ਼ ਕੀਤੀ ਜਾ ਰਹੀ। ਉਨ੍ਹਾਂ ਸਿੱਖਾਂ ਚ ਕਿੰਨੀ ਏਕਤਾ ਹੋਵੇਗੀ, ਉਨ੍ਹਾਂ ਚ ਕਿੰਨੀ ਦ੍ਰਿੜਤਾ ਹੋਵੇਗੀ, ਉਨ੍ਹਾਂ ਦੇ ਵਿਚ ਕਿੰਨਾ ਪਿਆਰ ਹੋਵੇਗਾ। ਇੰਨਾ ਜ਼ਿਆਦਾ ਪਿਆਰ, ਸਿੰਘ ਰਹਿੰਦੇ ਜੰਗਲਾਂ ਦੇ ਵਿਚ ਨੇ, ਆਪ ਨੂੰ ਕੋਲ ਖਾਣ ਨੂੰ ਕੁਛ ਨੀ, ਤੇ ਜਦੋਂ ਸ਼ਾਮ ਨੂੰ ਲੰਗਰ ਬਣਾਉਂਦੇ ਨੇ ਨਾ, ਤੇ ਕਹਿੰਦੇ ਨੇ ਕਿ ਲੰਗਰ ਬਣਾਉਣ ਤੋਂ ਬਾਅਦ ਜਿਹੜਾ ਲਾਂਗਰੀ ਹੈ ਜ਼ੋਰ ਦੀ ਆਵਾਜ਼ ਮਾਰਦਾ ਹੈ, ਭੁੱਖਾ ਦੇਤ ਆਵਾਜ਼ਾਂ ਕੋਵੀ, ਆਓ ਲੰਗਰ ਤਿਆਰ ਗੁਰ ਹੋਈ। ਗੁਰੂ ਦਾ ਲੰਗਰ ਤਿਆਰ ਹੈ, ਜੇ ਕੋਈ ਭੁੱਖਾ ਹੈ ਤੇ ਆ ਕੇ ਖਾ ਸਕਦਾ ਹੈ। ਸਿੰਘ ਬਾਅਦ ਚ ਲੰਗਰ ਛਕਦੇ ਨੇ, ਬਾਅਦ ਮੈਂ ਲੰਗਰ ਆਪ ਖਲੇ ਹੈ ਨਹੀਂ ਤੋ ਲੰਗਰ ਮਸਤ ਬਦੇ ਹੈ, ਜੇ ਬਚਦਾ ਹੈ ਤੇ ਖਾ ਲੈਂਦੇ ਨੇ, ਨਹੀਂ ਤੇ ਕਹਿੰਦੇ ਨੇ ਲੰਗਰ ਮਸਤ ਹੋ ਗਿਆ। ਪਹਿਲਾਂ ਕਿਸੇ ਆਏ ਗਏ ਅਭਿਆਗਤ ਨੂੰ ਦਿੰਦੇ ਨੇ ਜੰਗਲ ਦੇ ਵਿਚ, ਆਪ ਨੂੰ ਖਾਣ ਨੂੰ ਰੋਟੀ ਨੀ, ਪਰ ਜਿਹੜੇ ਗੁਰੂ ਪਾਤਸ਼ਾਹ ਨੇ ਵਿਚਾਰਧਾਰ ਦੇ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦੇ ਅਸੂਲਾਂ ਦੀ ਬਖਸ਼ਿਸ਼ ਕੀਤੀ ਸੀ, ਉਹ ਅਸੂਲ ਜੰਗਲ ਦੇ ਵਿਚ ਵੀ ਨਿਭਾਏ ਜਾ ਰਹੇ ਨੇ। ਜ਼ਕਰੀਆ ਖਾਨ ਸ਼ਬੇਕ ਸਿੰਘ ਨੂੰ ਕਹਿੰਦਾ, ਸ਼ਬੇਕ ਸਿੰਘ ਜੀ ਪਿੱਛੇ ਜੋ ਹੋ ਗਿਆ ਉਸ ਨੂੰ ਭੁੱਲ ਜਾਈਏ, ਤੁਸੀਂ ਖਾਲਸੇ ਨੂੰ ਨਵਾਬੀ ਦੀ ਬਖਸ਼ਿਸ਼, ਨਵਾਬੀ ਦੀ ਪੇਸ਼ਕਸ਼ ਲੈ ਕੇ ਜਾਓ। ਸਰਦਾਰ ਸ਼ਬੇਕ ਸਿੰਘ ਦਾ ਜਵਾਬ ਹੈ, ਅਸੀਂ ਮਿਲ ਵਰਤਣੀਏ ਸਿੰਘ ਹਾਂ, ਖਾਲਸਾ ਚ ਜਾਦੂ ਸੂਰਮਾ, ਕੀ ਉਹ ਮੇਰੇ ਹੱਥੋਂ ਨਵਾਬੀ ਪ੍ਰਵਾਨ ਕਰਨਗੇ? ਖਿਆਲ ਕਰੇ, ਸ਼ਬੇਕ ਸਿੰਘ ਨੇ ਕੌਮ ਦਾ ਕਿਤੇ ਕੋਈ ਨੁਕਸਾਨ ਨਹੀਂ ਕੀਤਾ, ਸ਼ਬੇਕ ਸਿੰਘ ਹੁਣਾਂ ਨੇ ਕਿਤੇ ਕੌਮ ਨਾਲ ਕੋਈ ਵਿਸਾਹਘਾਤ ਨਹੀਂ ਕੀਤਾ, ਸ਼ਬੇਕ ਸਿੰਘ ਹੁਣਾਂ ਨੇ ਕੌਮ ਦੇ ਨਾਲ ਕੋਈ ਧੋਖਾ ਨਹੀਂ ਕੀਤਾ। ਉਹ ਇਸ ਗੱਲ ਚ ਹੀ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕਰ ਰਹੇ ਨੇ ਕਿ ਮੇਰੇ ਭਰਾ ਤੇ ਜੰਗਲਾਂ ਦੇ ਵਿਚ ਮੈਦਾਨੇ ਜੰਗ ਚ ਜੂਝ ਰਹੇ ਨੇ ਤੇ ਮੈਂ ਆਪਣੇ ਘਰ ਪਰਿਵਾਰ ਚ ਬੈਠਾ। ਸਰਦਾਰ ਸ਼ਬੇਕ ਸਿੰਘ ਜਿਸ ਵੇਲੇ ਨਵਾਬੀ ਲੈ ਕੇ ਜਾਂਦੇ ਨੇ, ਇੱਕ ਪਰਾਤ ਦੇ ਵਿਚ 1,00,000 ਮੋਹਰਾਂ, ਹੀਰੇ ਜਵਾਹਰਾਤ ਤੇ ਨਵਾਬੀ ਤਿੰਨ ਪਿੰਡਾਂ ਦੀ, ਦੇਪਾਲਪੁਰ, ਕੰਗਣਵਾਲ ਤੇ ਚਬਾਲ ਦੀ ਨਵਾਬੀ ਦਾ ਲਿਖਿਆ ਹੋਇਆ ਪੱਟਾ ਲੈ ਕੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਨੇ, ਤੇ ਹਰਿਮੰਦਰ ਸਾਹਿਬ ਦਾ ਦਰਵਾਜੇ ਚ ਖੜਾ ਸਿੰਘ ਰੋਕਦਾ, ਤੁਸੀਂ ਤਾਂ ਸਰਕਾਰੀ ਸਿੱਖ ਹੋ, ਤੁਸੀਂ ਤਾਂ ਸਰਕਾਰ ਦੇ ਮਿਲ ਵਰਤਣੀਏ ਸਿੱਖ ਹੋ, ਕਿਸ ਕੰਮ ਵਾਸਤੇ ਆਏ ਹੋ? ਤੇ ਕੌਮ ਦੇ ਜਰਨੈਲ ਸਰਦਾਰ ਸ਼ਬੇਕ ਸਿੰਘ ਦਾ ਹੌਸਲਾ ਪੰਥ ਪ੍ਰਕਾਸ਼ ਦੇ ਸ਼ਬਦਾਂ ਚ ਕਹਿੰਦਾ, ਹੇ ਖਾਲਸਾ ਤੁਮ ਬਖਸ਼ਣ ਯੋਗ, ਤੁਸੀਂ ਖਾਲਸੇ ਹੋ, ਤੁਸੀਂ ਬਖਸ਼ਣ ਯੋਗ ਹੋ, ਹਮ ਤਨਖਾਹੀ ਘਰ ਬਾਹਰੀ ਲੋਕ, ਅਸੀਂ ਤੇ ਘਰਾਂ ਦੇ ਵਿਚ ਰਹਿਣ ਵਾਲੇ ਤਨਖਾਹੀ ਲੋਕ ਹਾਂ, ਤੁਸੀਂ ਬਖਸ਼ਣ ਯੋਗ ਹੋ। ਕਿੰਨੀ ਨਿਰਮਲਤਾ, ਕਿੰਨੀ ਜ਼ਿਆਦਾ ਨਿਮਰਤਾ, ਕਿੰਨੀ ਨਿਰਮਾਣਤਾ, ਕਿੰਨਾ ਪੰਥ ਖਾਲਸੇ ਦਾ ਨਾਲ ਪਿਆਰ ਕਿ ਉਸ ਵੇਲੇ ਸਰਕਾਰੀ ਅਹਿਲਕਾਰ ਸ਼ਬੇਕ ਸਿੰਘ ਹੱਥ ਜੋੜ ਕੇ ਗੁਰੂ ਘਰ ਦੇ ਸੇਵਾਦਾਰ ਦੇ ਅੱਗੇ ਖੜਾ, ਹੇ ਖਾਲਸਾ ਤੁਮ ਬਖਸ਼ਣ ਯੋਗ, ਹਮ ਤਨਖਾਹੀ ਘਰ ਬਾਰੀ ਲੋਕ, ਅਸੀਂ ਤੇ ਤਨਖਾਹੀ ਲੋਕ, ਸਾਨੂੰ ਬਖਸ਼ ਲੋ। ਜਾ ਕੇ ਨਵਾਬੀ ਪੇਸ਼ਕਸ਼ ਕਰਨ ਦੇ ਵਾਸਤੇ ਖਾਲਸੇ ਦੇ ਸਾਹਮਣੇ ਤਜਵੀਜ਼ ਰੱਖੀ ਜਾਂਦੀ ਹੈ, ਹੱਥ ਜੋੜ ਕੇ ਖਾਲਸੇ ਦੀ ਕਚਹਿਰੀ ਦੇ ਵਿਚ ਖੜੇ ਨੇ ਸਰਦਾਰ ਸ਼ਬੇਕ ਸਿੰਘ। ਇੱਕ ਬੈਠੇ ਬੈਠੇ ਨੇ ਪੰਜ ਪਿਆਰਿਆਂ ਦੇ ਰੂਪ ਦੇ ਵਿਚ ਪੰਜ ਸਿੰਘ, ਜਿਨ੍ਹਾਂ ਦੇ ਵਿਚ ਸਰਦਾਰ ਹਰੀ ਸਿੰਘ ਹਜੂਰੀਆ, ਬਾਬਾ ਦੀਪ ਸਿੰਘ ਜੀ ਸ਼ਹੀਦ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਕਰਮ ਸਿੰਘ ਜੀ ਸ਼ਹੀਦ ਤੇ ਬਾਬਾ ਬੁੱਧ ਸਿੰਘ ਜੀ, ਜਿਨ੍ਹਾਂ ਦਾ ਬੇਟਾ ਸਰਦਾਰ ਚੜ੍ਹ ਸਿੰਘ ਸੀ, ਚੜ੍ਹ ਸਿੰਘ ਦਾ ਬੇਟਾ ਸਰਦਾਰ ਮਾਂ ਸਿੰਘ ਸੀ ਤੇ ਮਾਂ ਸਿੰਘ ਦਾ ਬੇਟਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ।
महाराजा रणजीत सिंह दा पड़दादा सरदार बुद्ध सिंह। ए सिंह पांच प्यारियां च बैठे ने, उन्हां दे लागे कुछ होर सिंह बैठे ने जिन्हां दे च जस्सा सिंह रामगढ़िया, सरदार थराज सिंह, बाबा बुढ़ा सिंह जी, हरी सिंह पंगी, सरदार करम सिंह, सरदार दरबारा सिंह। ए सिंह अलग बैठे। एक 40 साल का नौजवान सारी संगत नूं पक्खा चलण दिया है। एक फट हाथ ते लगा है, एक मथे ते फट लगा है। अजे ताजा मैदाने जंग चो किते लड़ के आया है, मथे ते कृपान का फट लगा है, गर्मी दे दिन ने पसीने दे नाल खून वगदा है, नौजवान पूंजदा है, फिर पक्खा चली जांदा है। शबेक सिंह ने आके बेनती की, खालसा जीओ मैं जकरिया खान दे वल्लों तुहाडे वास्ते नवाबी लैके आया। हुण ख्याल करियो, सिख दा आचरण, सिख दा इखलाक। दरबारा सिंह उठ के खड़े हो गए। दरबारा सिंह उठ के कहिंदे ने, हम राखत पातशाही दावा, जां इतनाही ता अगलो पावा, नवाबी स्वीकार कर लिए, हमको पातशाही नानक दई। गुरु नानक ने पातशाही दिती, नहीं किसी को कान ते लई, किसी दी खराब दे विच पातशाही लईए। हम राखत पातशाही दावा, असी ता पातशाही दावा रखते, जे इस जन्म च ना मिलू गई, शहादत तो बाद गुरु दे दरबार दे विच ता पक्की है ना, इम नाही तो अगले पावा। जिथे कह शब्द दी गल भाई साहब ने गल कीती सी, सिख दा फिर किरदार उत्थे टिकिया है। कह राज करे है, कह लड़ मरे है, हम राखत पातशाही दावा। वो फिर कहिंदा है, खालसा जी नवाबी स्वीकार कर लो। ते कौम दे जरनैल दा फिर कहिंदा है, पातशाही छड लवे नवाबी, पराधीन जग माहे खराबी। पंथ प्रकाश दे शब्द च गुरबाणी दा फैसला ना, पराधीन सुपने सुखना। दरबारा सिंह कौम दा जरनैल अज वर्गे लीडरां वर्गा नहीं सी। अज ते किते किसी ने पिंड दा पंच बनना होवे ते हाथ जोड़ के लीडर नूं कहिंदा मैनूं पंची दे दिओ, कोई कहिंदा सरपंची दे दिओ, कोई कहिंदा मैनूं MLA बना दिओ। तीन थावां दी जगीर मिल रही है ते गुरु का सिख कह रहा है, गुरु नानक ने पातशाही दित्ती सी, हम राखत पातशाही दावा। ए कि तरह हो सकता है सिख खराब दे विच नवाबी लै लवे। नहीं, बाकी सिंघां दे वल बड़े हंझू भरे नेत्रां दे नाल सरदार शबेक सिंह ने तकिया, खालसा जी तुसी प्रवान रख लो। एक आवाज आई, हमरे गुर हम दी पातशाही, हमको लोड़ नवाबी नाही। नवाबी दी लोड़ ही नहीं है सानू, मैदाने जंग च लड़ांगे, जूझांगे, जूझदे जूझदे शहीद हो जावांगे, नवाबी दी लोड़ नहीं। सारे पासे चुप छा गई, सारे चुप ने। अकाल तख्त साहब दे उपर गुरु ग्रंथ साहब महाराज दी ताबिया च बैठे ग्रंथी सिंह उच्ची उच्ची पाठ कर रहे ने, उन्हां समय स्पीकर नहीं सी। सारी संगत चुप वरती है। शबेक सिंह कह रहे ने कि मैं सरकारी पासियों आया, नवाबी कोई प्रवान कर लवे। उन्हां दी अखां च हंझू ने ते कौम दे जरनैल जिहड़े ने उह शबेक सिंह नूं कह रहे ने, तू साडा भरा है पर असी नवाबी नहीं लै सकते। बिल्कुल चुप है, शांति वरती है। गुरु ग्रंथ साहब महाराज दी ताबिया ते बैठे सिख दी आवाज आउंदी है, टहल महल तां को मिले, जा को साध कृपाल। गुरु दा हुक्म आ गया, हुण नवाबी लई जावे। नवाबी किन्नू दित्ती जावे, किसे कौम दे जथेदार नूं, किसे आगू नूं? नहीं, टहल महल तां को मिले, जिहड़ा टहल कर रहा सी ओह नौजवान, ताजा लगा मत्थे ते फट ते हाथ दे विच पक्खा फड के संगत च पक्खा चलण दी सेवा कर रहा सी, ओह सी सरदार दलीप सिंह विरक दा पुत्तर कपूर सिंह। कपूर सिंह सरदार कपूर सिंह, नवाब कपूर सिंह। काले के पिंड है पाकिस्तान दे जिला शेखुपुरा दे विच, उत्थों दा चौधरी सी दलीपा विरक। दलीपे विरक दे विच घर दे विच 1687 में एक पुत्र ने जन्म लिया। पुत्र का नाम रखा गया कपूरा। पुत्र 12 साल का होया 1699 की विसाखी। प्यो ते पुत दोवें गए ने गुरु गोबिंद सिंह महाराज के दर्शन करने के वास्ते। खंडे बाटे की पाहुल लई ते प्यो दलीपा चौधरी जिहड़ा सी
अमर छक दलीप सिंह बनिया ते पुत्र जड़ा कपूरा सी वो कपूर सिंह बनिया। पिंड वापस आए आके रहना शुरू कर दिता। उस तो बाद ए एक होर पिंड दे विच रहे, उस पिंड दा नां सी फैजलपुरा। तुसी अक्सर इतिहासिक स्रोतों च पढ़ोगे कि नवाब कपूर सिंह दे नाल पहला शब्द आउंदा रहा कपूर सिंह फैजलपुरिया। जकरिया खान की एक वड्डी भैण सी हलीमा। हलीमा एक मुसलमान पठान दे नाल व्याही हुई सी फैजुल्ला खान दे नाल। फैजुल्ला खान ने एक पिंड वसाया सी फैजलपुरा। जदो जकरिया खान ने जनतक तौर ते सिखां दे कतलेआम दा हुक्म दिता तां उसने अपने भड़वैये नूं सुनेहा भेजिया अपने चीजे नूं, मैं तां अपने इलाके दे सिखां दा खुरा खोज मिटा दिता है, तूं वी अपने इलाके चो सिखां दा खुरा खोज मिटा। उस एक पिंड दे विच 1500 सिख जिहड़ा सी शहीद किया गया, जिन्हां दे विच सरदार कपूर सिंह दा खानदान सी। सरदार कपूर सिंह बच के हरिमंदर साहब आ गए। सरदार शाम सिंह ते भाई मनी सिंह दी संगत कीती। 41 साल दी उम्र दे विच हुण 1633 नूं उन्हां नूं नवाबी दी बख्शिश कीती जा रही। कौम ने फैसला लै लिया, टहल महल तां को मिले जाको साथ कृपाल। इस पक्खा चल रहे नौजवान नूं जिहड़ा मैदाने जंग दे विच कई वारी बहादुरी दे करतब भी विखा चुका सी, नवाबी इस नूं देनी है। हथ जोड़ के खलो गया, नवाबी नहीं लैनी। हुण कह रहे ने कि नहीं, ये पंज सिंघां दा हुक्म है। पंजां सिंघां दे विच बैठे ने बाबा दीप सिंह शहीद, जस्सा सिंह जी रामगढ़िया, सरदार करम सिंह शहीद, हरी सिंह हजूरिया ते भाई बुद्ध सिंह, पंज सिंह बैठे ने। नवाब कपूर सिंह ने हाथ जोड़ के कहा, खालसा जी जेकर तुसी मेरे दिल दी पुछो तां मैं नवाबी नहीं चाहुंदा, पर जे ये पंथ दा हुक्म है ते चार शतकां दे सदका ये मैनूं खड़े मत्थे परवाह, मेरियां चार शर्तां ने। वो जिहड़ियां चार शर्तां ने, एक शर्त दा संबंध उसदे निज दे नाल है, एक शर्त दा संबंध उसदे दुश्मन दे नाल है, एक शर्त दा संबंध उसदे गुरु दे नाल है, एक शर्त दा संबंध उसदे पंथ दे नाल है। गल्लां छोटियां नहीं है। नवाब कपूर सिंह दी रोशन दिमागी वेखियो चार शर्तां रख दित्तियां ने। पहली शर्त कि तुसी अपने नवाब जकरिया खान नूं कह दिओ कि हरिमंदर साहब तो लैके ननकाणा साहब तक सारे गुरधामां ते दर्शन करन ते इकट्ठ करन दी खुल सिंघां नूं होनी चाहीदी है। ये सी पंथ दी मंग। दूसरी गल, जिन्नी भी जगीर दी आमदन होवेगी सारी गुरु दी गोलक दे विच जावेगी, ए ना मेरी ना किसे जथे दी निजी जगीर होवेगी, गुरु दी मंग। तीसरी, जिन्नी मैनू नवाबी दित्ती जावेगी ए उदों दित्ती जावेगी मैनू नवाबी देण तों पहलां ए जिहड़े पंज सिंघ बैठे ने इन्हां दे चरणां नूं छुहाई जावेगी, पंथ दी मंग। ते मैनू नवाबी मिलण तों बाद जिहड़ी मैं घोड़ियां दे तबेले दे विच लिद चुकण दी सेवा करदा ते संगत दे विच पक्खे दी सेवा करदा ए वापस नहीं लई जावेगी, सिख दी मंग। वेखी, निजी तौर ते मेरे को सेवा नहीं लई जावेगी, जगीर दी जिहड़ी आमदन है गुरु दी गोलक च आवेगी, नवाबी पंज सिंघां दे शहाक के फिर मेरी झोली च पाई जावेगी ते जिहड़े खालसा पंथ दे दर्शन दीदार दे स्थान ने ओह खोले जाणगे। चार मंगां, चौवां मंगां दा संबंध इंज लगदा है कि समुची कायनात नूं अपने कलावे दे विच लैण वाला होवे। किन्नी रोशन नवाबी उस दिन है। नवाबी जिहड़ी सी ओह स्वीकार कीती गई। इह 1733 दी गल है। 1733 दे विच नवाबी स्वीकार करन तों बाद सिंघां ने अपने आप नूं जथियां दे रूप च जथेबंद कीता। सब तों पहलां दो जथे बनाए गए, तरना दल और बुढ़ा दल। ख्याल करियो जदों तरना दल बनाया गया उहदे विच नौजवान लए गए। नौजवानां दा काम सी गुरिल्ला लड़ाइयां लड़नियां, छापेमारी करनी ते अपने मुखबरां नूं सोध के कौम दे उपर होईयां वधीकियां दा बदला लैणा। बुढ़ा दल का काम सी गुरुद्वारां दी सेवा संभाल करनी ते उन्हां नौजवानां दे वास्ते एक बेस कैंप का काम करना। हुण एक ख्याल करियो, अज तुसीं वेहने ना फैडरेशनां दे प्रधान, लिखिया हुंदा प्रधान आल इंडिया सिख स्टूडेंट फैडरेशन, पोतरियां वाले हो गए ने, प्रधानियां छड्डण नूं जी नहीं करदा। बच्चे जिहड़े ने
ਉਹ ਵੀ ਸਟੂਡੈਂਟ ਕਾਲਜਾਂ ਚੋਂ ਪੜ੍ਹ ਪੜ੍ਹ ਕੇ ਉਹ ਵੀ ਵਿਦਿਆਰਥੀ ਪੁਣਾ ਛੱਡ ਚੁੱਕੇ ਨੇ, ਅਜੇ ਵੀ ਬਜ਼ੁਰਗ ਹੋ ਗਏ ਨੇ, ਚਿੱਟੀਆਂ ਦਾੜੀਆਂ, ਅਜੇ ਵੀ ਨਾਲ ਲਿਖਿਆ ਹੁੰਦਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ। ਪਰ ਜਦੋਂ 41 ਸਾਲ ਦਾ ਕੌਮ ਦਾ ਜਰਨੈਲ ਨਵਾਬ ਕਪੂਰ ਸਿੰਘ ਜਥੇ ਬਣਾਉਂਦਾ ਤੇ ਆਪ ਤਰਨਾ ਦਲ ਚ ਨਹੀਂ ਜਾਂਦਾ, ਬੁੱਢਾ ਦਲ ਚ ਜਾਂਦਾ, ਆਪ ਬੁੱਢਾ ਦਲ ਚ ਜਾਂਦੇ ਨੇ। ਤੇ ਸਾਰੀਆਂ ਇਨ੍ਹਾਂ ਦੋਹਾਂ ਹੀ ਜਥਿਆਂ ਦੀ ਜਿਹੜੀ ਲਿਖਤੀ ਤੌਰ ਤੇ ਜਿੰਨੀ ਵੀ ਕਾਰਜਸ਼ੀਲਤਾ ਹੈ ਉਸ ਨੂੰ ਲਿਖਣ ਦਾ ਸਬੰਧ ਦਿੱਤਾ ਜਾਂਦਾ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਇਸ ਸਮੇਂ ਦੇ ਵਿਚ ਖਾਲਸਾ ਪੰਥ ਦੁਬਾਰਾ ਆਪਣੇ ਗੁਰਧਾਮਾਂ ਦੀ ਉਸਾਰੀ ਕਰਦਾ ਹੈ, ਪਿੰਡਾਂ ਦੇ ਵਿਚ ਅੰਮ੍ਰਿਤ ਪ੍ਰਚਾਰ ਕੀਤਾ ਜਾਂਦਾ ਹੈ, ਜਗ੍ਹਾ ਜਗ੍ਹਾ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਹੈ। ਔਰ ਉਨ੍ਹਾਂ ਸਮਿਆਂ ਦੇ ਵਿਚ ਇਹ ਗੱਲ ਵੱਖਰੀ ਹੈ ਕਿ ਅੱਜ ਕਿਤੇ ਅਸੀਂ ਵੀ ਦੋਸ਼ੀ ਹਾਂ, ਨਿਰਮਲਿਆਂ ਨੂੰ ਆਪਣੀ ਸਿੱਖੀ ਦੇ ਦਾਇਰੇ ਚ ਦੂਰ ਕਰ ਦਿੱਤਾ। ਇਹ ਜਿਹੜਾ ਸਮਾਂ ਹੈ 1733 ਤੋਂ ਲੈ ਕੇ 1738 ਸੰਘ ਦਾ ਸਮਾਂ, ਇਨ੍ਹਾਂ ਸਮਿਆਂ ਦੇ ਵਿਚ ਨਿਰਮਲਿਆਂ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਘਨੱਈਆ ਮਿਸਲ ਦਾ ਸਰਦਾਰ ਵੀ ਨਿਰਮਲਿਆਂ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕ ਕੇ ਸਿੱਖੀ ਚ ਆਇਆ। ਨਿਸ਼ਾਨ ਵਾਲੀਆ ਮਿਸਲ ਦਾ ਸਰਦਾਰ ਵੀ ਨਿਰਮਲਿਆਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਰਮ ਦੇ ਦਾਇਰੇ ਚ ਆਇਆ। ਉਨ੍ਹਾਂ ਨੇ ਉਸ ਸਮੇਂ ਸਿੱਖੀ ਦੇ ਪ੍ਰਚਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਨਿਭਾਇਆ। ਖੈਰ, ਸਿੱਖਾਂ ਨੇ ਆਪਣੇ ਛੋਟੇ ਛੋਟੇ ਜਿਹੜੇ ਇਲਾਕੇ ਸੀ ਉਨ੍ਹਾਂ ਦੇ ਵਿਚ ਆਪਣਾ ਰਾਜ ਪ੍ਰਬੰਧ ਸਥਾਪਿਤ ਕੀਤਾ। ਪਰ ਸਿੱਖ ਰਾਜ ਲੈ ਕੇ ਚੈਨ ਦੇ ਨਾਲ ਨਹੀਂ ਬੈਠੇ, ਕਿਉਂਕਿ ਨਿਸ਼ਾਨਾ ਕੀ ਸੀ? ਹਮ ਰਾਖਤ ਪਾਤਸ਼ਾਹੀ ਦਾਵਾ। ਨਵਾਬੀ ਤਾਂ ਪੰਜਾਂ ਪਿਆਰਿਆਂ ਨੇ ਹੁਕਮ ਕਰ ਦਿੱਤਾ, ਸਰਦਾਰ ਕਪੂਰ ਸਿੰਘ ਨੂੰ ਨਵਾਬੀ ਪ੍ਰਵਾਨ ਕਰਨੀ ਪਈ, ਪਰ ਇਹ ਨਿਸ਼ਾਨਾ ਨਹੀਂ ਸੀ। ਸਿੱਖਾਂ ਨੇ ਬੇਸ਼ੱਕ ਪੰਜਾਬ ਦੇ ਵਿਚ ਉਸ ਨਵਾਬੀ ਨੂੰ ਕਾਇਮ ਕੀਤਾ, ਪਰ ਸਿੱਖਾਂ ਨੇ ਪੰਜਾਬ ਦੇ ਇਲਾਕੇ ਤੋਂ ਬਾਹਰ ਜਾ ਕੇ ਉਨ੍ਹਾਂ ਇਲਾਕਿਆਂ ਦੇ ਉਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਦਿੱਲੀ ਦੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ। ਤੇ ਦਿੱਲੀ ਦੀ ਜਿਹੜੀ ਹਕੂਮਤ ਸੀ ਉਹ ਹੁਣ ਜ਼ਕਰੀਆ ਖਾਨ ਦੇ ਪ੍ਰਤੀ ਸ਼ੱਕੀ ਹੋ ਗਈ। ਉਨ੍ਹਾਂ ਨੇ ਜ਼ਕਰੀਆ ਖਾਨ ਨੂੰ ਲਿਖਿਆ ਕਿ ਤੂੰ ਸਿੱਖਾਂ ਦੇ ਨਾਲ ਜਿਹੜੀ ਸੰਧੀ ਕੀਤੀ ਹੈ, ਰਾਜ ਦਿੱਤਾ, ਇਸ ਤੋਂ ਨਜ਼ਰ ਆ ਰਿਹਾ ਕਿ ਹੁਣ ਤੇਰੀ ਜਿਹੜੀ ਅੱਖ ਹੈ ਦਿੱਲੀ ਦੇ ਤਖ਼ਤ ਵੱਲ ਹੈ। ਉਸਨੇ ਕਿਹਾ ਕਿ ਸਿੱਖ ਪੰਜਾਬ ਨੂੰ ਛੱਡ ਕੇ ਹੁਣ ਦਿੱਲੀ ਦੇ ਇਲਾਕਿਆਂ ਵੱਲ ਵੱਧ ਰਹੇ ਨੇ, ਸਾਨੂੰ ਲੱਗਦਾ ਤੇਰੀ ਸ਼ਹਿ ਹੋਵੇਗੀ। ਉਸ ਚਿੱਠੀ ਦੇ ਵਿਚ ਲਿਖਿਆ ਕਿ ਤੇਰਾ ਪਿਛੋਕੜ ਤਹਿਰਾਨ ਦਾ ਹੈ, ਤੂੰ ਤਹਿਰਾਨ ਦਾ ਲੈਣ ਵਾਲਾ ਹੈ, ਇਸ ਕਰਕੇ ਹੋ ਸਕਦਾ ਤੂੰ ਉਧਰ ਲੈ ਕਿਸੇ ਵੱਡੇ ਅਮੀਰ ਨੂੰ ਹਿੰਦੁਸਤਾਨ ਦੇ ਉਪਰ ਹਮਲੇ ਕਰਨ ਦਾ ਸੱਦਾ ਦਿੰਦਾ ਹੋਵੇ, ਇਸ ਕਰਕੇ ਸਾਨੂੰ ਤੇਰੀ ਨੀਅਤ ਤੇ ਸ਼ੱਕ ਹੈ। ਜ਼ਕਰੀਆ ਖਾਨ ਨੇ ਜਦੋਂ ਪੰਜਾਬ ਦੀ ਨਵਾਬੀ ਆਪਣੇ ਹੱਥੋਂ ਜਾਂਦੀ ਵੇਖੀ ਤਾਂ 1735 ਦੇ ਵਿਚ ਸਿੱਖਾਂ ਦੀ ਉਸ ਜ਼ਮੀਨ ਨੂੰ ਫਿਰ ਜ਼ਬਤ ਕਰ ਲਿਆ। ਇਹ 33 ਤੋਂ ਲੈ ਕੇ 35 ਦੇ ਅੱਧਲੇ ਸਮੇਂ ਤੱਕ ਜਿਹੜੀ ਨਵਾਬੀ ਸੀ ਕੋਲ ਰਹੀ, ਪਰ ਨਵਾਬੀ ਨਾ ਸਿੱਖਾਂ ਦੇ ਨਾਲ ਸਰਦਾਰ ਕਪੂਰ ਸਿੰਘ ਦੇ ਨਾਲ ਜੁੜਿਆ ਰਿਹਾ। ਹੁਣ ਸਿੱਖਾਂ ਨੂੰ ਫਿਰ ਜਗ੍ਹਾ ਜਗ੍ਹਾ ਦੇ ਉਪਰ ਕਤਲੇਆਮ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਕਤਲੇਆਮਾਂ ਦੇ ਦੌਰਾਨ ਜਿਹੜੇ ਸਾਡੇ ਇਤਿਹਾਸਕ ਸਰੋਤ ਦੱਸਦੇ ਨੇ, 18 ਤਰ੍ਹਾਂ ਦੇ ਤਸੀਹੇ ਸੀ ਜਿਹੜੇ ਸਿੱਖਾਂ ਨੂੰ ਦਿੱਤੇ। ਵੈਸੇ ਤਕਰੀਬਨ ਕਿਸੇ ਨੂੰ ਮਕਤਲ ਦੇ ਵਿਚ ਕਤਲ ਕਰਨ ਦੇ ਵਾਸਤੇ ਇੰਨੇ ਕੀ ਤਸੀਹੇ ਨੇ, ਉਹਦੇ ਜਿਸਮ ਦੇ ਵਿਚ ਕਿੱਲ ਠੋਕ ਦੇਣੇ, ਉਹਨਾਂ ਨੂੰ ਫਾਂਸੀ ਦੇ ਦੇਣੀ, ਹਾਥੀ ਦੇ ਪੈਰ ਥੱਲੇ ਲਿਤਾੜ ਦੇਣਾ, ਘੋੜਿਆਂ ਦੇ ਪਿੱਛੇ ਘਸੀਟ ਘਸੀਟ ਕੇ ਮਾਰ ਦੇਣਾ, ਉਹਨਾਂ ਨੂੰ ਜ਼ਮੀਨ ਚ ਗੱਡ ਕੇ ਉੱਪਰ ਖੂਨ ਪਾ ਕੇ ਜੰਗਲੀ ਕੁੱਤੇ ਛੱਡ ਦੇਣੇ ਜਿਹੜੇ ਉਹਨਾਂ ਨੂੰ ਨੋਚ ਨੋਚ ਕੇ ਖਾਂਦੇ, ਉਹਨਾਂ ਦੇ ਪੇਟ ਚਾਕ ਕਰ ਦੇਣੇ, ਬੰਦ ਬੰਦ ਕੱਟ ਦੇਣਾ, ਸਿਰ ਤੋਂ ਖੋਪਰ ਉਤਾਰ ਦੇਣੇ, ਖੱਲਾਂ ਲੁਹਾ ਦੇਣੀਆਂ। ਇਸ ਤੋਂ ਇਲਾਵਾ ਜਿੰਨੇ 18 ਤਰ੍ਹਾਂ ਦੇ ਤਸੀਹੇ ਸੀ, ਇਹ 18ਵੀਂ ਸਦੀ ਦੇ ਵਿਚ ਸਿੱਖਾਂ ਦੇ ਉੱਪਰ ਵਰਤੇ। ਔਰ ਖਿਆਲ ਰੱਖਿਓ, ਇਸ ਬਿਪਤਾ ਭਰੇ ਸਮੇਂ ਦੇ ਵਿਚ ਖਾਲਸਾ ਫਿਰ ਵੀ ਚੜ੍ਹਦੀ ਕਲਾ ਚ ਰਿਹਾ। ਇੰਨੀ ਚੜ੍ਹਦੀ ਕਲਾ ਕਿ ਉਸ ਵੇਲੇ ਦੀਆਂ ਜਿਹੜੀਆਂ ਲੋਕ ਬੋਲੀਆਂ ਸੀ, ਜਿਹੜੇ ਉਸ ਸਮੇਂ ਦੇ ਲੋਕ ਗੀਤ ਸੀ, ਜਿਹੜੇ ਬੀਬੀਆਂ ਚਰਖੇ ਕੱਤਦੀਆਂ ਤ੍ਰਿੰਝਣਾ ਚ ਬਹਿ ਕੇ ਗਾਇਆ ਕਰਦੀਆਂ ਸੀ, ਉਹ ਵੀ ਸਿੱਖਾਂ ਦੇ ਇਖਲਾਕ ਦੀ ਕਦਰ ਕਰਦੀਆਂ ਨੇ। ਆਏ ਨੇ ਨਿਹੰਗ ਬੂਹਾ ਖੋਲਦੇ ਨਿਸ਼ਾਨ, ਇਹ ਸਿੱਖ ਦਾ ਕਰੈਕਟਰ। ਇਹ ਗੱਲ ਵੱਖਰੀ ਹੈ, ਅੱਜ ਸਾਨੂੰ ਵਾਚਣਾ ਪਵੇਗਾ ਕਿ ਅੱਜ ਸਭਿਆਚਾਰ ਦੇ ਨਾਮ ਦੇ ਉਪਰ ਜਿਵੇਂ ਦੇ ਗੀਤ ਬੋਲੇ ਜਾ ਰਹੇ ਨੇ ਨਾ, ਸਾਡਾ ਦਸਤਾਰਾਂ ਵਾਲਿਆਂ ਦਾ ਸਿਰ ਵੀ ਸ਼ਰਮ ਨਾਲ ਚੁੱਕ ਜਾਂਦਾ ਹੈ। ਜਦੋਂ ਕਿਹਾ ਜਾਂਦਾ ਹੈ ਰਹੀ ਬਚ ਕੇ ਦੀ ਰੰਗਲੇ ਦੁਪੱਟੇ ਵਾਲੀਏ, ਆਗੇ ਪੱਗਾਂ ਪੋਚਵੀਆਂ ਵਾਲੀ, ਬੜੀ ਸ਼ਰਮ ਦੀ ਗੱਲ ਸੀ। ਕਦੀ ਉਹ ਜ਼ਮਾਨਾ ਸੀ ਕਿ ਗੈਰ ਸਿੱਖ ਵੀ ਕਹਿੰਦੇ ਸੀ ਕਿ ਆਏ ਨੇ ਨਿਹੰਗ ਬੂਹੇ ਖੋਲ ਦੋ ਨਿਹੰਗ ਨਿਸ਼ੰਗ, ਕੋਈ ਡਰ ਨਹੀਂ, ਸਿੱਖ ਆਏ ਨੇ ਰਾਤ ਨੂੰ ਘਰ ਦੇ ਵਿਚ,
इन्हां तों तुहाडे घर दी इज्जत नूं अजमत नूं आबरू नूं कोई खतरा नहीं, ये तुहाडियां धीआं नूं अपणियां धीआं समझण वाले लोक ने। इन्ना उच्चा किरदार सी सिक्खी दा, ते की उन्हां सिक्खां दे परिवार नहीं सी जिहड़े जंगलां च दिन कट्टी कर रहे सी? पर उन्हां दे कोल की सी? उन्हां दे कोल सी गुरु दा विश्वास, उन्हां दे कोल सी गुरु वलों बख्शी हुई चढ़दी कला दी भावना, उन्हां दे कोल सी गुरु दे वलों बख्शिया होया उच्चा आचरण, उन्हां दे कोल सी खालसा पंथ दे विच आपसी भरातरी भाईचारे दा प्यार। जिस तरह लतीफ लिखदा है ना कि सिंह सामने शहीद होया पिया होवे ते सिंह दीआं अक्खां दे विच हंजू नहीं सी आउंदे, पर सिख दे सामने कोई निर्दोष मरिया पिया होवे ते सिख दीआं अक्खां हंजूआं दे नाल सरशार हो जांदियां सी। ਇਹ ਸੀ ਸਿੱਖ ਦਾ ਮਨੁੱਖਤਾ ਦੇ ਨਾਲ ਪਿਆਰ। ਤੇ ਕੀ ਉਹਦੇ ਪਰਿਵਾਰਾਂ ਦੇ ਵਿੱਚ ਪਿਆਰ ਨਹੀਂ ਸੀ? ਜਿਹੜੇ ਤ੍ਰਿੰਝਣਾ ਚ ਗਾਏ ਜਾਂਦੇ ਉਦੋਂ ਦੇ ਗੀਤ ਨੇ ਨਾ, ਉਹ ਕਿਤੇ ਪੜ੍ਹੀਏ ਹੈਰਾਨ ਹੋ ਜਾਂਦਾ। ਤ੍ਰਿੰਝਣਾ ਦੇ ਵਿੱਚ ਬੀਬੀਆਂ ਇੱਕ ਦੂਜੀ ਨੂੰ ਪੁੱਛਦੀਆਂ ਨੇ, ਤੇਰਾ ਪਤੀ ਤੈਨੂੰ ਮਿਲਣ ਨਹੀਂ ਆਇਆ? ਤੇ ਉਹਦਾ ਜਵਾਬ ਹੈ, ਆਇਆ ਸੀ ਰਾਤੀ ਸੌਂ ਗਿਆ ਸੁਪਾਤੀ, ਆਇਆ ਸੀ ਹਨੇਰੇ ਉੱਠ ਚੱਲਿਆ ਸਵੇਰੇ, ਮੈਂ ਪਿੱਛਾ ਸਿੰਘ ਜੀ ਕੀ ਔਗਣ ਨੇ ਮੇਰੇ, ਮੈਨੂੰ ਤਾਂ ਮਿਲਿਆ ਹੀ ਨਹੀਂ। ਰਾਤ ਆਇਆ ਸੀ ਮੈਦਾਨੇ ਜੰਗ ਦੇ ਵਿੱਚੋਂ ਥੱਕਿਆ ਟੁੱਟਿਆ ਤੇ ਦੁਸ਼ਮਣ ਦੀ ਸੂਹ ਲੈਣ ਦੇ ਵਾਸਤੇ ਕੋਠੇ ਚੜ ਕੇ ਸੌ ਗਿਆ। ਹਨੇਰੇ ਆਇਆ ਸੀ ਸਵੇਰੇ ਤੁਰ ਗਿਆ, ਉਹਨੇ ਤੇ ਬੱਚਿਆਂ ਦੇ ਮੂੰਹ ਵੀ ਨਹੀਂ ਚੁੰਮੇ, ਉਹਨੇ ਮੈਨੂੰ ਕਿੱਥੇ ਮਿਲਣਾ ਸੀ? ਇੰਨਾ ਉੱਚਾ ਇਖਲਾਕ, ਇੰਨਾ ਉੱਚਾ ਕਰੈਕਟਰ, ਤੇ ਫਿਰ ਵੀ ਜੰਗਲਾਂ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ ਜਾ ਰਹੀ ਹੈ। 1736 ਦੀ ਜਿਹੜੀ ਦੀਵਾਲੀ ਹੈ ਉਹ ਸਿੱਖਾਂ ਨੇ ਫਿਰ ਅੰਮ੍ਰਿਤਸਰ ਮਨਾਉਣ ਦਾ ਫੈਸਲਾ ਕੀਤਾ। ਇਹ ਸਾਰੇ ਜਥੇ ਜਿਹੜੇ ਨੇ ਜਦੋਂ ਪੰਜਾਬ ਦੇ ਵਿੱਚ ਜ਼ਕਰੀਆ ਖਾਨ ਨੇ ਸਖਤੀ ਕਰ ਦਿੱਤੀ, ਸ਼ੀਨਿਆਂ ਦਾ ਕਰਮਾ ਰੰਧਾਵਾ ਹੰਧਾਲੀਏ ਜੰਡਿਆਲੀਏ ਲਖਪਤ ਰਾਏ ਜਸਪਤ ਰਾਏ ਸਾਹਿਬ ਰਾਏ ਇਹ ਸਾਰੇ ਜਦੋਂ ਸ਼ਿਕਾਰੀ ਬਣ ਕੇ ਸਿੱਖਾਂ ਦਾ ਜਗ੍ਹਾ ਜਗ੍ਹਾ ਦੇ ਉੱਪਰ ਸ਼ਿਕਾਰ ਕਰ ਰਹੇ ਨੇ, ਸਿੱਖ ਮਾਲਵੇ ਵੱਲੋਂ ਨਿਕਲ ਗਏ। ਉੱਥੇ ਮਾਲਵੇ ਜਾ ਕੇ ਸਰਦਾਰ ਨਵਾਬ ਕਪੂਰ ਸਿੰਘ ਦੇ ਹੱਥੋਂ ਬਾਬੇ ਆਲੇ ਨੇ ਅੰਮ੍ਰਿਤ ਛਕਿਆ, ਜਿਹੜੇ ਬਾਬਾ ਆਲਾ ਸਿੰਘ ਬਣੇ ਪਟਿਆਲੇ ਦੇ ਮਹਾਰਾਜੇ ਖਾਨਦਾਨ ਦੇ ਵਿੱਚ। ਸਿੱਖ ਫਿਰ ਉੱਥੋਂ ਵਾਪਸ ਆਏ ਅੰਮ੍ਰਿਤਸਰ ਦੀਵਾਲੀ ਮਨਾਉਣ ਦੇ ਵਾਸਤੇ। 1736 ਦੀ ਦੀਵਾਲੀ ਸਿੱਖਾਂ ਨੇ ਅੰਮ੍ਰਿਤਸਰ ਮਨਾਈ, ਪਰ ਉਸ ਦੀਵਾਲੀ ਨੂੰ ਮਨਾਉਣ ਦੇ ਵਾਸਤੇ ਵੀ ਸਿੰਘਾਂ ਦਾ ਕਈ ਗਸ਼ਤੀ ਫੌਜਾਂ ਦੇ ਨਾਲ ਟਾਕਰਾ ਹੋਇਆ, ਕਈ ਜਗ੍ਹਾ ਤੇ ਮੁਕਾਬਲਾ ਹੋਇਆ, ਕਈ ਸਿੰਘ ਸ਼ਹੀਦ ਹੋਏ। ਇੱਕ ਸਾਲ ਫਿਰ ਸਿੰਘਾਂ ਦਾ ਇਸੇ ਤਰ੍ਹਾਂ ਜੰਗਲਾਂ ਚ ਲੰਘਿਆ, ਇਸੇ ਤਰ੍ਹਾਂ ਆਪਣੀ ਜ਼ਿੰਦਗੀ ਬਸਰ ਕਰਦੇ ਰਹੇ, ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕਰਨਾ। ਜਿਹੜੇ ਉਸ ਵੇਲੇ ਦੇ ਹਾਲਾਤ ਨੇ ਉਹ ਕਹਿੰਦੇ ਨੇ ਕਿ ਟੁੱਟੜਾ ਸਾ ਟੇਗੜੂ ਪਾਟੜੂ ਮਿਆਨ ਜਾ ਕੇ ਟੂਟ ਪਾਟ ਖਾਵਣੇ ਕੋ ਡਾਢੇ ਉਸਤਾਦ ਜੀ, ਪਾਟੇ ਹੋਏ ਕਸ਼ਹਿਰੇ ਇੱਕ ਇੱਕ ਕੰਬਲ ਖੁੰਡੀਆਂ ਕਿਰਪਾਨਾਂ ਟੁੱਟੇ ਮਿਆਨ ਭੁੱਖ ਦੇ ਨਾਲ ਮਰੇ ਹੋਏ ਘੋੜੇ ਤੇ ਘੋੜਿਆਂ ਦੀਆਂ ਪਿੱਠਾਂ ਦੇ ਉੱਪਰ ਉਹਨਾਂ ਦੀ ਜ਼ਿੰਦਗੀ ਬਤੀਤ ਹੋ ਰਹੀ ਸੀ। ਲਤੀਫ ਲਿਖਦਾ ਕਿ ਸ਼ਾਇਦ ਉਹਨਾਂ ਦਿਨਾਂ ਦੇ ਵਿੱਚ ਕਿਸੇ ਸਿੱਖ ਨੂੰ ਕਿਸੇ ਨੇ ਜ਼ਮੀਨ ਤੇ ਪਿੱਠ ਲਾ ਕੇ ਸੁੱਤਾ ਨਹੀਂ ਵੇਖਿਆ, ਘੋੜਿਆਂ ਤੇ ਸੌ ਲੈਣਾ ਤੇ ਘੋੜਿਆਂ ਤੇ ਜ਼ਿੰਦਗੀ ਬਸਰ ਕਰ ਲੈਣਾ। ਟੇਕਾਂ ਦੀਆਂ ਨੋਕਾਂ ਦੇ ਨਾਲ ਆਪਣਾ ਇਤਿਹਾਸ ਸਿਰਜਿਆ। ਮੈਨੂੰ ਯਾਦ ਨੇ ਉਹ ਸ਼ਬਦ ਜਿਹੜੇ ਸੀਤਲ ਜੀ ਨੇ ਲਿਖੇ ਸੀ ਨਾ, ਕਹਿੰਦੇ ਸੀ ਕਿ ਆਈ ਨਵਾਬੀ ਦੀ ਪੇਸ਼ਕਸ਼ ਨੂੰ ਸਿੰਘਾਂ ਨੇ ਇੱਕ ਗੱਲ ਕਹੀ ਸੀ ਉਸਦੇ ਏਲਚੀ ਨੂੰ, ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਗੱਲ ਬੰਨੇ ਲਾ ਕੇ, ਰਾਜ ਕਰਾਂਗੇ ਆਪਣਾ ਖੈਬਰ ਕੋਲ ਜਾ ਕੇ, ਸ਼ਾਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਅਸੀਂ ਉਹ ਸ਼ੇਰ ਸੀ, ਅਸੀਂ ਉਸ ਮਰਦੇ ਕਾਮਲ ਗੁਰੂ ਨਾਨਕ ਸਾਹਿਬ ਦੇ ਸਿੱਖ ਸੀ ਜਿਹੜੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਰਹੇ। ਇੱਕ ਸਾਲ ਦਾ ਸਮਾਂ ਫਿਰ ਬਤੀਤ ਹੋਇਆ ਤੇ ਹੁਣ ਭਾਈ ਮਨੀ ਸਿੰਘ 1737 ਨੂੰ ਭਾਈ ਮਨੀ ਸਿੰਘ ਨੇ ਜ਼ਕਰੀਆ ਖਾਨ ਨੂੰ ਸੁਨੇਹਾ ਭੇਜਿਆ ਕਿ ਅਸੀਂ ਦੀਵਾਲੀ ਦੇ ਉੱਪਰ ਇਕੱਠੇ ਹੋਣਾ ਚਾਹੁੰਦੇ ਹਾਂ, ਸਰਬੱਤ ਖਾਲਸਾ ਸੱਦਣਾ ਚਾਹੁੰਦੇ ਹਾਂ, ਅਗਲੀ ਰਣਨੀਤੀ ਤਿਆਰ ਕਰਨਾ ਚਾਹੁੰਦੇ ਹਾਂ। ਉਹਦੇ ਵਾਸਤੇ ਤਾਂ ਸਿਰਫ ਦੀਵਾਲੀ ਦੀ ਇਜਾਜ਼ਤ ਲਈ ਗਈ ਸੀ, ਪਰ ਭਾਈ ਮਨੀ ਸਿੰਘ ਦੇ ਮਨ ਦੀ ਮੰਸ਼ਾ ਸੀ ਕਿ ਖਾਲਸੇ ਦੇ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇ। ਇਜਾਜ਼ਤ ਦੇ ਦਿੱਤੀ, ਪਰ ਅੰਦਰੋਂ ਉਸਨੇ ਇੱਕ ਸ਼ਰਾਰਤ ਭਰੀ ਆਪਣੇ ਮਨ ਦੇ ਵਿੱਚ ਤਜਵੀਜ਼ ਬਣਾ ਰੱਖੀ ਸੀ। ਇੱਕ ਪਾਸੇ ਉਸਨੇ ਮਨੀ ਸਿੰਘ ਹੋਣਾ ਨੂੰ ਇਜਾਜ਼ਤ ਦੇ ਦਿੱਤੀ ਤੇ ਕਹਿ ਦਿੱਤਾ ਕਿ ਤੁਸੀਂ 10,000 ਮੋਹਰਾਂ
उसके नजराने वजो मेनु भेट कर देवो उसके इवज दे विच मैं तानू हरिमंदर साहब सरबत खालसा सदन की इजाजत देवां। 5000 मोहरां पेशगी लै लईआं ते ओह 5000 मोहरां उसने लखपत राय नूं कहा जाके कि मनी सिंह ने सिखां दा इकट्ठ सदना है, सारे सरदार आए होणगे। ख्याल करियो जे किते ओह भाणा वापर जांदा जिन्हां दे विच सरदार मनी सिंह, सरदार जस्सा सिंह रामगढ़िया, सरदार आलूवालिया, सरदार दरबारा सिंह, हरी सिंह हजूरिया, हरी सिंह भंगी, नवाब कपूर सिंह, सरदार करम सिंह शहीद, सरदार थराज सिंह, ये सारे सिंह, बाबा बुढ़ा सिंह, इन्हां सारिआं इकट्ठे होना सी। ये गल भाई मनी सिंह तक पहुंच गई कि लखपत राय नूं बहुत वड्डी फौज तोपां रहकले ते जंबूरे दे के अमृतसर वल तोरिया जा रहा। जकरिया खान की साजिश है, जदों सारे सिख सरदार ते सिख संगतां उत्थे इकट्ठियां होणगियां, हमला करके सारिआं नूं खत्म कर दिता जाए। भाई मनी सिंह ने उसे वेले त्यार बर त्यार सिंघां नूं गश्ती चिट्ठियां दे के सिंघां दे जथियां वल तोरिया कि जिथे जिथे सिंह ने उथे उथे रुक जान, जकरिया खान की नीयत दे विच खोट है, इथे इकट्ठे ना होयो। जिन्ने क जथियां तक स्नेह पहुंचे तकरीबन सिख सरदारां दे जथे रुक गए, कुछ जिहड़े छोटे जथे सी ओह पहुंच भी गए। जथे पहुंचे लखपत राय ने होर कई जरनैलां नूं लैके हमला कर दिता, पर करमां दे विच सिख शहीद होए, जूझ दे सिख शहीद होए, दिवाली का मेला ना लग सकिया, सरबत खालसा ना हो सकिया। हुण जकरिया खान का दूत एलची फिर सुनेहा लैके आउंदा है कासिम, 5000 मोहरां रहिंदियां ने पेश कीतियां जाए। भाई मनी सिंह ने जवाब दिता, यह किवें हो सकता है, तुसी धोखा कीता, तुसी सिंघां नूं सदन दे वास्ते सानू इजाजत दित्ती पर तुहाडी फौज ने सिंघां दा नुकसान कीता, इस करके पैसे नहीं दिते जाणगे। कुछ सिंघां ने पेशकश भी की कि भाई मनी सिंह जी असी पैसे दे दिंदे आ, तुहाडा नुकसान हो सकता। उन्होंने कहा नहीं, सतगुर सिखी संघ निभे सीस केसन के साथ, नहीं जान बचाउण दे वास्ते हुण नजराना नहीं देना। जेकर इसने सिखां नूं सरबत खालसा करन दी इजाजत दित्ती हुंदी नजराना जरूर दे दिंदे, इसदे पैसे जरूर भर दिंदे, पर हुण नहीं देणा। भाई मनी सिंह नूं गिरफ्तार करके लाहौर लिजाया गया। भाई मनी सिंह नूं बंद बंद कट के शहीद करन दा हुक्म सुना दिता गया। हुण ख्याल करियो भाई मनी सिंह दे नाल तीन उन्हां दे खास सिंह ने, सरदार दीवान सिंह, सरदार भूपत सिंह, सरदार गुलजारा सिंह, ते इस तो अलावा 11 सिंह होर ने जिन्हां नूं उस दिन शहीद किया गया जिस दिन भाई मनी सिंह नूं शहीद किया गया। सब तो पहला दीवान सिंह होणा नूं चखड़ी ते चाड़ के शहीद किया गया, सरदार भूपत सिंह नूं आरे दे नाल चीरिया गया, सरदार गुलजार सिंह नूं एक रस्सी दे नाल पुट्ठा टंग दिता गया ते उहदे गिट्टियां दे दुआले गोल चीरा ला के उहदे मास नूं खिंचिया गया, जिहनूं आपां इतिहास च पढ़दे हुंदे सी पुट्ठियां खल्लां लहौणियां, सरदार गुलजारा सिंह दी लाई गई। जिसम दे उपर सारी खल जिहड़ी सी, जिस तरह कद्दू नूं छिल्लिया जांदा करेले नूं छिल्लिया जांदा, जिसम दे उपर चमड़ी नूं ला दिता गया। पर साडे स्रोतां दे विच उस फिजा दे विच अकाल 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 दे नारे गूंजदे हुए सिंह शहीदियां प्राप्त करदे रहे। मनी सिंह जी का बंद बंद कटिया जा रहा है। पर ख्याल करियो इतिहासक स्रोत एक गल कहिंदे ने, कहिंदे ने मंसूर दी जदों बांह कट्टी ना ते मंसूर दे मुख दे विचों एक गल निकली सी। मंसूर ने कहा सी, या खुदा मैनूं ते पता ही नहीं सी इश्क दी नमाज पढ़न तों पहलां खून दे नाल वजू करना पैंदा। पर पंथ प्रकाश का लिखारी लिखता है, कहिंदा लोकां नूं मंसूर याद है पर किते मनी सिंह दी शहादत नूं वेख्यो मंसूर भुल जावेगा। मंसूर मंसूर इउं जग कहै, कहिंदे जग मंसूर मंसूर दी गल कर रहा है। मंसूर मंसूर इउं जग कहै, जिन हथ काट्यो इक सट, जिहदा इक सट दे नाल हथ कट्टिया गया सी ते उन्हें कहा सी खुदा खून दे नाल वजू कर लगा। कहिंदा मनी सिंह तनेक सट सहयो जिन बंद बंद काट्यो कप। कहिंदा उस मनी सिंह नूं याद रखो जिसका कला कला बंद कट्टिया गया, मंसूर दे ते एक फट वजा, दुनिया नूं ओह याद है। ते मनी सिंह दी शहादत नूं वेख के मंसूर भुल जावेगा, क्योंकि मंसूर ते कह रहा है कि ए खुदा तेरी इबादत दे विच मरना पै गया
ते मनी सिंह कह रहे ने नह किश जन्मे नह किश मरे आपन चरित आप ही करे। किन्ना उच्चा विरसा भाई मनी सिंह शहीदी प्राप्त करके खालसे दे पर फिर उही सख्तियां दा दौर। 9 जुलाई 1738 भाई मनी सिंह ने शहादत प्राप्त की 37 नूं माफ करना। उस तो बाद खालसे दे पर फिर सख्तियां दा उही दौर पिंडां दे विचों कढ के सिंघां नूं शहीद किया जाण लगा। सिंघणियां दे उपर भी बड़े झखड़ झुले मावां दे अखां दे सामने छोटे छोटे बच्चों नूं शहीद किया जाता रहा पर सिखां ने फिर भी चढ़दी कला दे विच वो समां जिहड़ा सी वो कढ़िया। 1739 दे विच खुरासान दे नेड़े दा रहण वाला नादर शाह जिसका जन्म 1699 दे विच होया सी कुली खान दा पुत्र सी हिंदुस्तान दे उपर हमला करन दे वास्ते आ गया नादर शाह। 1739 दे विच नादर शाह ने हिंदुस्तान ते पहला हमला किया। जदों वह पंजाब पहुंचया उसकी मुलाकात पंजाब दे उस वेले दे गवर्नर जकरिया खान दे नाल हुई। जकरिया खान ने उसनू बेनती की मैं तेरी अधीनगी कबूल कर दो पर तुहानू मेरी मदद करनी पवेगी मैनू सिखां ने बहुत तंग किया। नादर शाह ते जकरिया खान की आपसी सुलह हुई ते जकरिया खान ने नादर शाह नू 3 करोड़ रुपया बतौर नजराना पेश किया। पंजाब नू फतेह करके जकरिया खान की ईन मना के नादर शाह दिल्ली नू तुर पिया। 1 मार्च 1739 नू नादर शाह दिल्ली पहुंचया। दिल्ली पहुंच के उस वेले दे बादशाह नू फतेह किया। उस बादशाह की बेटी दे नाल अपने बेटे नासर उल खान का रिश्ता किया। जिस दिन उसकी बादशाही का खुतबा पढ़िया जाना सी 10 मार्च 1739 मस्जिद दे विच खुतबा पढ़िया जाण लगा किसी ने अफवाह उड़ा दिती कि नादर शाह नू कतल कर दिता गया। दिल्ली दे राजे दे सिपाहियां ने नादर शाह दे कुछ सिपाही कतल कर दिते। जदों नादर शाह नू इस गल का पता लगा उसने कमरुद्दीन नू सद्या दिल्ली दे नवाब नू। दिल्ली दे नवाब नू सद के उसने कहा कि मेरी मौत की झूठी खबर क्यों उड़ाई है। अजे ये गल कर ही रहे सी एक दूर तो तोड़ेदार बंदूक की गोली चली नादर शाह दे नेड़ियों दी लंघ गई। नादर शाह नू बहुत गुस्सा चढ़िया उन्हें उसे वेले अपनी शमशीर नू बेमियान करके दिल्ली दे विच जनतक तौर ते कतलेआम दा हुक्म दे दिता जिन्हों असीं इतिहास दे विच नादर शाही कतलेआम कहिंदे। एक दिन दे विच दिल्ली दीआं सड़कां दे उपर 1,22,000 लोकां नू कतल कीता। दिल्ली दीआं सड़कां लहू लुहान हो गईआं मिज दे नाल लहू दे नाल सिरां दे नाल धड़ां दे नाल दिल्ली दे बाजार भर गए। जगह जगह दे उपर गिरजां ते कां मनुखां दीआं लाशां दा मास नोच रहे सन। इहो जिहा नजारा नादर शाह ने दिल्ली च पेश कर दिता। दिल्ली दे नवाब नादर शाह दे अगे आ के नतमस्तक होए 7 सलामां कीतियां कतलेआम बंद करन दी बेनती कीती। कतलेआम बंद करन दे इवज वजो नादर शाह ने उन्हां कोल 20 करोड़ रुपया लिया 70 करोड़ दे गहने गट्टे ते हीरे जवाहरात लए 10,000 दे करीब हाथी ते घोड़े ते ऊठ इस तो अलावा कई कारीगर हजारां दी गिणती दे विच औरतां गोलियां बनाउण दे वास्ते ते 2200 लड़की कुआरी नादर शाह दिल्ली नू लैके तुर पिया। उधरों नादर शाह अखनूर दे नेड़े पहुंचया इधर जंगलां च वास्ते खालसे नू पता लग्या कि नादर शाह दिल्ली दी लुटमार करके वापस गजनी नू जा रहा खुरासान वल नू जा रहा। खालसे ने जथिया नू इकट्ठा कीता इकट्ठा करके खालसे दे जरनैलां ने खालसे नू इक वंगार पाई है असी मैदाने जंग दे विच जूझ रहे सी अपनी इज्जत अपनी अजमत ते अपने वजूत नू कायम रखण दे वास्ते। असी बड़ा खून डोलिया पंजाब दी धरती दे उपर अपने शहीदां दीआं उन्हां आत्मावां नू शांति देण दे वास्ते ते गुरु पातशाह दी सिक्खी नू जींदा रखण दे वास्ते बड़ा खून डोलिया पर अज मनुखता नू साडी लोड़ है। अज एक बाहरों आया लुटेरा हिंदुस्तान दीआं बच्चियां नू बंदी बना के लैके जा रहा असी उस नाल मुकाबला करना। बड़े थोड़े सिंघ गिणती दे विच अखनूर तो अगे गोइंदवाल वाले पासे नू नादर शाह जदों काफले नू लैके पहुंचया सिखां ने हमला कर दिता। मैदाने जंग पक गया कई सिंह शहीद होए तेग ते तेग खड़की तीरां दी वर्खा हो गई तोपां चलियां घोड़े डिगदे सी
हाथी अंबारियां समेत देख रहे सी। अखीर फतेह ने खालसे दे कदम चुमे। उस समय कहिंदे कोई भी सिख जरनैल एहो जिहा नहीं सी जिहदे जिस्म ते कृपान दा फट ना हो। थोड़ी जी गिनती दे विच एशिया दे सब तो वड्डे जरनैल दा मुकाबला करना किते आम सिखां दी गल सी। बड़े बहादुर सी ओह योधे जिहड़े हर वेले अपनी रसना दे उपर इस गल नूं रखदे सी। धन जियो तह को जगते मुख ते हर चित में युद्ध विचार। ਉਹ ਸਿੰਘ ਮੈਦਾਨੇ ਜੰਗ ਦੇ ਵਿਚ ਲੜੇ। 2200 ਲੜਕੀ ਹਿੰਦੂਆਂ ਦੀ ਖੋਹ ਕੇ ਘਰੋਂ ਘਰ ਵਾਪਸ ਪਹੁੰਚਾਈ। ਸਾਰੀਆਂ ਲੜਕੀਆਂ ਉਹਦੇ ਕੋਲ ਵਾਪਸ ਲਈਆਂ, ਘਰੋਂ ਘਰ ਪਹੁੰਚਾਈਆਂ, ਭਾਵੇਂ ਕਿ ਕੁਛ ਲੜਕੀਆਂ ਨੂੰ ਪਰਿਵਾਰਾਂ ਨੇ ਇਹ ਕਹਿ ਕੇ ਰੱਖਣ ਤੋਂ ਵੀ ਇਨਕਾਰ ਕਰ ਦਿੱਤਾ ਪਿਓ ਨੇ ਭਰਾਵਾਂ ਨੇ ਕਿ ਨਹੀਂ ਇਹ ਹੁਣ ਪਠਾਣਾ ਦੀ ਸੇਜ ਤੇ ਰਹਿ ਆਈ ਹੈ, ਇਸ ਨੂੰ ਅਸੀਂ ਆਪਣੇ ਘਰ ਚ ਪਨਾਹ ਨਹੀਂ ਦੇਣੀ। ਪਰ ਖਾਲਸੇ ਨੇ ਫਿਰ ਵੀ ਭੈਣਾਂ ਬਣਾ ਕੇ ਉਨ੍ਹਾਂ ਨੂੰ ਆਪਣੇ ਘਰਾਂ ਦੇ ਵਿਚ ਵਾਪਸ ਭੇਜਿਆ। ਇਹ ਖਾਲਸੇ ਦਾ ਇਖਲਾਕ ਸੀ, ਇਹ ਗੁਰੂ ਪੰਥ ਦਾ ਇਖਲਾਕ ਸੀ। ਹੁਣ ਨਾਦਰ ਸ਼ਾਹ ਬੜਾ ਹੈਰਾਨ ਹੈ ਕਿ ਜਿਸ ਨਾਦਰ ਸ਼ਾਹ ਨੂੰ ਰਸਤੇ ਦੇ ਵਿਚ ਕੋਈ ਮੰਗੋਲੀਆ ਦਾ ਇਨਸਾਨ ਨਾ ਰੋਕ ਸਕਿਆ, ਜਿਸ ਨੂੰ ਦਰਾਏ ਖੈਬਰ ਦੇ ਪਠਾਣ ਨਾ ਰੋਕ ਸਕੇ, ਜਿਸ ਨੂੰ ਜ਼ਕਰੀਆ ਖਾਨ ਨਾ ਰੋਕ ਸਕਿਆ, ਜਿਸ ਨੂੰ ਦਿੱਲੀ ਦਾ ਬਾਦਸ਼ਾਹ ਨਾ ਰੋਕ ਸਕਿਆ, ਉਸ ਨਾਦਰ ਸ਼ਾਹ ਨੂੰ ਸਿੱਖਾਂ ਨੇ ਹਰਾ ਦਿੱਤਾ। ਨਾਦਰ ਸ਼ਾਹ ਜਦੋਂ ਪੰਜਾਬ ਲਾਹੌਰ ਪਹੁੰਚਿਆ ਹਾਰ ਹੋਣ ਤੋਂ ਬਾਅਦ, ਤੇ ਜ਼ਕਰੀਆ ਖਾਨ ਨੂੰ ਇੱਕ ਸਵਾਲ ਕਰਦਾ, ਕਹਿੰਦਾ ਇਹ ਕਿਹੜੇ ਲੋਕ ਸੀ ਜਿਨ੍ਹਾਂ ਮੈਨੂੰ ਲੁੱਟ ਲਿਆ? ਬਾਦਸ਼ਾਹ ਇਹ ਉਹੀ ਸੀ ਜਿਨ੍ਹਾਂ ਦੀ ਮੈਂ ਗੱਲ ਕੀਤੀ ਸੀ। ਨਾਦਰ ਸ਼ਾਹ ਕਹਿੰਦਾ ਮੈਨੂੰ ਇਹਨਾਂ ਦੇ ਘਰ ਤੇ ਦੱਸ। ਕਹਿੰਦਾ ਕਿਹੜਾ ਘਰ ਦੱਸਾਂ, ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ। ਇਹਨਾਂ ਦਾ ਕੋਈ ਨਾਮ ਤੇ ਦੱਸ। ਕਹਿੰਦਾ ਸਾਰਿਆਂ ਨੂੰ ਸਿੰਘ ਕਹਿੰਦੇ। ਇਹਨਾਂ ਦੀ ਕੋਈ ਜਾਤ ਤੇ ਦੱਸ। ਇਹਨਾਂ ਨੂੰ ਖਾਲਸੇ ਕਹਿੰਦੇ। ਇਹਨਾਂ ਦਾ ਕੋਈ ਪਿੰਡ ਤੇ ਦੱਸ। ਕਹਿੰਦਾ 100-100 ਕੋਹ ਤੇ ਘੋੜਿਆਂ ਦੀਆਂ ਕਾਠੀਆਂ ਤੇ ਸਫ਼ਰ ਕਰ ਲੈਂਦੇ, ਮੈਂ ਕਿਹੜਾ ਪਿੰਡ ਦੱਸਾਂ? ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਦੱਸਿਆ, ਕਹਿੰਦਾ ਕਿ ਨਾਮ ਸਿੰਘ ਔਰ ਮਜ਼ਹਬ ਖਾਲਸਾ, ਛੋਟੀ ਸਗਲ ਜਗਤ ਕੀ ਲਾਲਸਾ, ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ, ਲੰਗਰ ਹੈ ਤੋ ਆਪ ਖਲੇ ਹੈ, ਨਹੀਂ ਤੋ ਲੰਗਰ ਮਸਤ ਬਤੇ ਹੈ। ਉਸ ਤੋਂ ਅੱਗੇ ਕਹਿੰਦਾ ਕਿ ਇਹ ਇਸ ਤਰ੍ਹਾਂ ਦੇ ਨੇ ਕਿ ਮੈਦਾਨੇ ਜੰਗ ਦੇ ਵਿਚ ਜੂਝਣ ਲੱਗੇ ਕਦੀ ਹਜੇ ਹਾਰ ਸਵੀਕਾਰ ਨਹੀਂ ਕਰਦੇ। ਇਹਨਾਂ ਦਾ ਨਾਮ ਸਿੰਘ ਹੈ, ਜਾਤ ਖਾਲਸਾ ਤਾਂ ਹੈ, ਤੇ ਦੁਨੀਆਂ ਦੇ ਨਾਲੋਂ ਇਹਨਾਂ ਦੇ ਨਾਲ ਕੋਈ ਰਿਸ਼ਤਾ ਹੀ ਤੋੜ ਲਿਆ। ਕਹਿੰਦਾ ਕਿ ਸ਼ੈਨ ਸ਼ਾਹ ਖੁਦ ਹੀ ਕੋ ਭਾਖਤ, ਕਾਣ ਨਾ ਕਾਹੂ ਕੀ ਇਹ ਰਾਖਤ। ਕਹਿੰਦਾ ਕਿਸੇ ਤੋਂ ਡਰਦੇ ਨੀ, ਆਪਣੇ ਆਪ ਨੂੰ ਆਪੇ ਬਾਦਸ਼ਾਹ ਕਹਿੰਦੇ ਨੇ। ਹੁਣ ਖਿਆਲ ਕਰਿਓ, ਸਿੱਖ ਦਾ ਕਿਰਦਾਰ ਦੁਸ਼ਮਣ ਦੱਸ ਰਿਹਾ, ਕੋਈ ਸਿੱਖ ਨੀ ਦੱਸ ਰਿਹਾ, ਦੁਸ਼ਮਣ ਦੱਸ ਰਿਹਾ। ਸਿੱਖਾਂ ਦਾ ਸ਼ਿਕਾਰ ਕਰਨ ਵਾਲਾ, ਸਿੱਖਾਂ ਨੂੰ ਕੋਹ ਕੋਹ ਕੇ ਮਾਰਨ ਵਾਲਾ ਜ਼ਕਰੀਆ ਖਾਨ ਨਾਦਰ ਸ਼ਾਹ ਨੂੰ ਦੱਸ ਰਿਹਾ। ਕਹਿੰਦਾ ਹੈ ਕਿ ਨਾਮ ਸਿੰਘ ਔਰ ਜਾਤ ਖਾਲਸਾ, ਛੋਟੀ ਸਕਲ ਜਗਤ ਕੀ ਲਾਲਸਾ, ਮੁਰਸ਼ਿਦ ਇਨਕਾ ਵਲੀ ਪਿਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਇਹਨਾਂ ਨੂੰ ਹਰਿਮੰਦਰ ਸਾਹਿਬ ਦੇ ਚ ਇਹੋ ਜਿਹਾ ਅੰਮ੍ਰਿਤ ਦਾ ਸਰੋਵਰ ਦੇ ਦਿੱਤਾ, ਮਰਨ ਵਾਲੇ ਹੋਏ ਹੁੰਦੇ ਨੇ ਫੱਟ ਖਾ ਕੇ, ਫਿਰ ਇਸ਼ਨਾਨ ਕਰਕੇ ਨਿਤਨੇਮ ਕਰਕੇ ਮੈਦਾਨੇ ਜੰਗ ਚ ਆ ਕੇ ਜੂਝਣ ਲੱਗ ਪਈਏ। ਮੁਰਸ਼ਿਦ ਇਨਕਾ ਵਲੀ ਪਿਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਕਹਿੰਦਾ ਕਿ ਦੇਤ ਆਵਾਜ਼ਾ ਭੁੱਖਾ ਕੋਈ, ਕਹਿੰਦਾ ਇਹੋ ਜਿਹੇ ਨੇ ਲੰਗਰ ਬਣਾਉਂਦੇ ਨੇ ਤੇ ਆਵਾਜ਼ ਦਿੰਦੇ ਨੇ, ਦੇਤ ਆਵਾਜ਼ਾ ਭੁੱਖਾ ਕੋਈ, ਛਕੋ ਤਿਆਰ ਦੇਗ ਗੁਰ ਹੋਈ, ਗੁਰੂ ਦਾ ਲੰਗਰ ਤਿਆਰ ਹੈ, ਜਿਨ੍ਹੇ ਆ ਕੇ ਛਕਣਾ ਛਕ ਲੋ। ਉਸ ਵੇਲੇ ਨਾਦਰ ਸ਼ਾਹ ਦੇ ਮੂੰਹ ਚੋਂ ਇੱਕ ਗੱਲ ਲਿਖੀ ਹੈ, ਕਹਿੰਦਾ ਅਜ਼ੀ ਕੌਮੇ ਬੂਏ ਬਾਦਸ਼ਾਹੀ ਆਮਦ। ਜ਼ਕਰੀਆ ਖਾਨ, ਜੇ ਇਹ ਗੱਲਾਂ ਸੱਚੀਆਂ ਨੇ ਨਾ, ਫਿਰ ਮੈਨੂੰ ਇਸ ਕੌਮ ਦੇ ਕਿਰਦਾਰ ਦੇ ਵਿਚੋਂ ਬਾਦਸ਼ਾਹੀ ਦੀ ਬੋ ਆਉਂਦੀ। ਫਾਰਸੀ ਦੇ ਸ਼ਬਦ ਨਾਦਰ ਸ਼ਾਹ ਕਹਿ ਰਿਹਾ ਸਾਡੇ ਵਡੇਰਿਆਂ ਦੇ ਬਾਰੇ, ਅਜ਼ੀ ਕੌਮ ਬੂਏ ਬਾਦਸ਼ਾਹੀ ਆਮਦ। ਜਿਸ ਕੌਮ ਦਾ ਕਿਰਦਾਰ ਇੰਨਾ ਉੱਚਾ ਹੈ, ਤੇ ਸੱਚ ਜਾਣੀ ਮੈਨੂੰ ਇਸ ਕੌਮ ਦੇ ਵਿਚੋਂ ਬਾਦਸ਼ਾਹੀ ਦੀ ਬੋ ਆਉਂਦੀ ਹੈ। ਇਹਨਾਂ ਨੂੰ ਦਬਾ ਦੇ, ਇਹਨਾਂ ਨੂੰ ਖਤਮ ਕਰ ਦੇ, ਇਹਨਾਂ ਦਾ ਨਾਮੋ ਨਿਸ਼ਾਨ ਸੰਸਾਰ ਤੋਂ ਮਿਟਾ ਦੇ। 1743 ਦੇ ਵਿਚ ਅਬਦਾਲੀ ਤੇ ਚਲਾ ਗਿਆ, ਤੇ ਜ਼ਕਰੀਆ ਖਾਨ ਨੇ ਹੁਣ ਇੱਕ ਨਿਸ਼ਾਨਾ ਮਿੱਥ ਲਿਆ ਕਿ ਜਿੰਨਾ ਚਿਰ ਤੱਕ ਨਾਦਰ ਸ਼ਾਹ ਨੇ ਦੁਬਾਰਾ ਵਾਪਸ ਆਉਣਾ ਹੈ, ਮੈਂ ਪੰਜਾਬ ਵਿਚ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣਾ। ਕਿਉਂਕਿ ਹੁਣ ਜ਼ਕਰੀਆ ਖਾਨ ਦੀ ਹਕੂਮਤ ਦਿੱਲੀ ਦੇ ਥੱਲੇ ਨਹੀਂ ਸੀ ਰਹੀ, ਹੁਣ ਉਹ ਨਾਦਰ ਸ਼ਾਹ ਦੇ ਥੱਲੇ ਸੀ। ਉਸਨੇ ਨਾਜ਼ਰ ਥਾਂ ਨੂੰ 3 ਕਰੋੜ ਇੱਕ ਵਾਰੀ ਨਜ਼ਰਾਨਾ ਭੇਟ ਕੀਤਾ, 1 ਕਰੋੜ ਦੂਸਰੀ ਵਾਰੀ ਨਜ਼ਰਾਨਾ ਭੇਟ ਕੀਤਾ, ਹੁਣ ਉਹਦੇ ਥੱਲੇ ਹੈ। ਉਸਨੇ ਫਿਰ ਆਪਣੀਆਂ ਗਸ਼ਤੀ ਫੌਜਾਂ ਨੂੰ, ਆਪਣੇ ਚੌਧਰੀਆਂ ਨੂੰ, ਆਪਣੇ ਅਹਿਲਕਾਰਾਂ ਨੂੰ ਜਨਤਕ ਤੌਰ ਤੇ ਹੁਕਮ ਦੇ ਦਿੱਤੇ ਕਿ ਜਿੱਥੇ ਵੀ ਸਿੱਖ ਮਿਲਦਾ, ਜਿੱਥੇ ਵੀ ਸਿੱਖ ਲੱਭਦਾ, ਇਸ ਨੂੰ ਕਤਲ ਕਰ ਦਿਓ, ਇਸ ਨੂੰ ਖਤਮ ਕਰ ਦਿਓ,
इन्हां दे घर घाट उजाड़ दिओ, इन्हां दे गुरधाम ढा दिओ, इन्हां दे बच्चां नूं खत्म कर दिओ, इन्हां दीआं बीबीआं नूं खत्म कर दिओ। नादर शाह दी आमद तक दुबारा पंजाब दी धरती दे उपर सिखां दा नामो निशान नहीं बचना चाहीदा। हरिमंदर साहब दे विच जिहड़े सिंघ सेवा करदे सी को को के मार दित्ते गए, पिंडां दे विच जिहड़े सिंघ सी उन्हां नूं खत्म कर दित्ता गया। खालसा जिहड़ा सी कुछ छंभां दे विच चला गया, कुछ बीकानेर वाले पासे चले गए, कुछ खालसे होर इलाकियां दे विच खीवे पल्ले सी, ते कुछ खालसे दे सिंघ सुहियां दे रूप दे विच पिंडां दे विच घूमदे ते जगह जगह जाके पता करदे कि किहड़े किहड़े लोक सिखां दा शिकार कर रहे ने, किहड़े किहड़े कतलेआम कर रहे ने। क्योंकि बेशक यह सब कुछ वापर रहा सी, पर सिखां नूं यह भी पता सी कि साडा निशाना की है, हम राखत पातशाही दा वा, असी कदी पंजाब दे राजे बनना है। यह गल वखरी है कि सिख ने गुरु दे उस सिद्धांत नूं टाइम एंड स्पेस समा ते स्थान दे दायरे तो बहुत उच्चा लै गया सी। सिख यह सोच के नहीं सी कर रहा कि मैं राज लैना ते तां प्रधानमंत्री भी मैं होवां, नहीं, सिख दी भावना नहीं सी। अज सिख राज दी भी गल करदा है ते कहिंदा राज कल मिले ते परसों मैं राष्ट्रपति हो, उदों सिख दी भावना नहीं सी। सिख दी यह भावना सी कि राज दी विचारधारा दे वास्ते मरना है, हम राखत पातशाही दावा, जे पातशाही दा दावा रखना है तां मेरे कोल इक्को निशाना है, देह पवित्र होए शस्त्र लगाए, मेरा तन जिहड़ा शस्त्र लगन दे नाल शहीद होना चाहीदा, मेरी कौम नूं फिर राज मिलेगा। अज वर्गियां गल्लां नहीं सी, कौम दे कोल इक दृढ़ता सी, कौम दे कोल समर्पण करन दा गुण सी। अज साडी कौमियत दे विचों हौली हौली ओह खत्म हुंदा जा रिहा है। सारे इलाकियां दे उपर दुबारा फौज दा कब्जा हो गया। हरिमंदर साहब दे उपर मंडियाले पिंड दे चौधरी मीर मसालुद्दीन, जिस नूं मसा रंगड़ दे नाल जाणदे आ, इहदियां तीन पीढ़ियां पिछे चले जाइए ते इह राजपूत हिंदू परिवार दे विचों मुसलमान बनिया सी। इस दा पड़दादा मंडियाले पिंड दा इह रहिण वाला सी। इस नूं इस इलाके दा चौधरी बना दित्ता गया कि तू जो करना है कर, तू मन मर्जी कर सकदा, तू हरिमंदर साहब दे विच जो चाहे कर सकदा, तू इस इलाके दे सिखां नूं खत्म कर सकदा, तू जिन्ने सिखां दे सिर वड के भेजेगा, कदी ते तू सूबा लाहौर नूं नजराने भेजदा सी, हुण सूबा लाहौर तेनूं हुक्म दे रहा है कि तू जिन्ने सिखां दे सिर वड के भेजेगा तेनूं उन्ने ही पैसे मिलने। हुक्म जारी कर दिता गया। मस्से रंगण ने, करमे शीने ने, रामे रंधावे ने, नशहरे दे साहब राय ने, हिंदालिया ने, लखपत राय ने, उसके भतीजे दुनी चंद ने वाढ़ियां पा दित्तियां सिखां नूं। जिथे भी सिख नजर आउंदा कट वढ के सिर जिहड़े सी जकरिया खान दे दरबार दे विच पेश कीते जाण लगे। मस्सा रंगण ने होर हद कर दित्ती। जदों उसने श्री हरिमंदर साहब दे विच सरूप की बेअदबी करन तों बाद सरूप चुकवा लिया, उत्थे आप तख्त ला के बैठ गया, राग रंग दे वास्ते ढोलकियां छैणे मंगवा ले, ते उसने बेसवावां कंजरियां नचाउणियां शुरू कर दित्ती श्री हरिमंदर साहब दे नाल। यह खबर खालसे तक पहुंची। सब तो पहला भाई बलाकी सिंह, कुछ स्रोतों च नाम बिजला सिंह भी लिखिया, पर भाई बलाकी सिंह जो पता लगा खून खौल उठा, हंजुआ दे नाल भरे हुए नेत्रां दे नाल पन मकाउंदे हुए भाई बलाकी सिंह पहुंचे ने खालसे दे कोल बुढ़ा चौड़ राजस्थान दे विच। उत्थे पंथ दे महान जरनैल बैठे ने बाबा बुढ़ा सिंह जी, बाकी कौम दे जथेदार उत्थे बैठे ने, उत्थे बैठे ने सरदार हरा सिंह दे सपुत्र सरदार महताब सिंह। जाके सारी वार्ता सुनाई है उन्होंने। कुछ इतिहासकार कहिंदे ने कि सरदार महताब सिंह ने बलाकी सिंह नूं कहा, ओ बलाकी सिंह, तू हरिमंदर साहब दी होई बेअदबी नूं वेख के उत्थे मर क्यों ना गया, तू इत्थे की दसण आया। पर इह गल गलत है। बलाकी सिंह दा काम उत्थे लड़ना नहीं सी। बलाकी सिंह सिखां दा इंटेलीजेंट नहीं सी, ओह सुइया सी, ओहदा काम ही इह सी जाके खबर दे। सो बलाकी सिंह ने खालसा पंथ नूं खबर दित्ती ते उसे वेले तैयार होए ने भाई महताब सिंह मीरांकोट। उन्होंने कहा कि मीर मन्नू दे इस मस्सा रंगड़ दे कीती हुई करनी दा फल भगताउण दे वास्ते खालसा जी लै जा रहा। खालसा पंथ ने अरदास कीती। अरदास करन दे समें रामगढ़िया खानदान दे विचों माड़ी कंबोके दे रहण वाले सरदार सुखा सिंह भी नाल तैयार। इन्हां दोहां सिंघां दा थोड़ा जिहा जिक्र करना जरूरी है।
ਇਹ ਅਪ੍ਰੈਲ 1640 ਦੀ ਗੱਲ ਹੈ। ਅਪ੍ਰੈਲ 1640 ਨੂੰ ਇਹ ਦੋਵੇਂ ਸਿੰਘ ਬੁੱਢਾ ਜੋੜ ਤੋਂ ਤਿਆਰ ਹੋਏ ਨੇ। ਸਰਦਾਰ ਮਹਿਤਾਬ ਸਿੰਘ ਮੀਰਾਂਕੋਟ, ਜਿਨ੍ਹਾਂ ਦਾ ਪਿੰਡ ਅੰਮ੍ਰਿਤਸਰ ਦੇ ਨੇੜੇ ਮੀਰਾਂਕੋਟ ਸੀ, ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਹਰਾ ਸਿੰਘ ਭੰਗੀ ਸੀ, ਇਹਨਾਂ ਦੇ ਬੇਟੇ ਦਾ ਨਾਮ ਰਾਇਆ ਸਿੰਘ ਸੀ, ਰਾਏ ਸਿੰਘ ਦੇ ਬੇਟੇ ਦਾ ਨਾਂ ਰਤਨ ਸਿੰਘ ਸੀ, ਰਤਨ ਸਿੰਘ ਦੇ ਬੇਟੇ ਦਾ ਨਾਮ ਭਗਵਾਨ ਸਿੰਘ ਸੀ, ਤੇ ਉਸੇ ਖਾਨਦਾਨ ਦੇ ਵਿੱਚੋਂ ਅੱਗੇ ਹੋਏ ਨੇ ਜਨਰਲ ਸ਼ਬੇਕ ਸਿੰਘ ਜਿਹੜੇ 1984 ਚ ਸ਼ਹੀਦ ਹੋਏ। ਇਹ ਉਹੀ ਖਾਨਦਾਨ। ਖੈਰ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਦੇ ਰਹਿਣ ਵਾਲੇ, 12 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤ ਛਕ ਲਿਆ। ਜਦੋਂ ਅੰਮ੍ਰਿਤ ਛਕ ਲਿਆ ਨਾ, ਤੇ ਲਾਗੇ ਇਲਾਕੇ ਦੇ ਪਠਾਨ ਨੂੰ ਪਤਾ ਲੱਗਾ ਕਿ ਸੁੱਖਾ ਸਿੰਘ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ। ਉਸਨੇ ਉਸੇ ਵੇਲੇ ਇਨ੍ਹਾਂ ਦੇ ਘਰ ਦੇ ਉੱਪਰ ਗਸ਼ਤੀ ਫੌਜ ਲੈ ਕੇ ਹਮਲਾ ਕਰ ਦਿੱਤਾ। ਜਦੋਂ ਘਰ ਆਇਆ, ਸੁੱਖਾ ਸਿੰਘ ਘਰ ਨਹੀਂ ਸੀ, ਪਰ ਉਹ ਵਾਰਨਿੰਗ ਦੇ ਕੇ, ਚੇਤਾਵਨੀ ਦੇ ਕੇ ਚਲਾ ਗਿਆ ਇਸ ਦੀ ਮਾਂ ਨੂੰ ਕਿ ਇਹ ਉਸਦੇ ਜਿਹੜੇ ਸ਼ਬਦ ਵਰਤੇ, ਬੁੱਢੜੀਏ ਤੇਰਾ ਪੁੱਤ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ, ਜੇਕਰ ਉਹ ਸਿੱਖ ਹੀ ਬਣਿਆ ਰਿਹਾ ਤੇ ਕੱਲ ਤੱਕ ਅਸੀਂ ਉਸ ਨੂੰ ਖਤਮ ਕਰ ਦੇਵਾਂਗੇ, ਜੇ ਆਪਣੇ ਪੁੱਤ ਦੀ ਜਾਨ ਚਾਹੁੰਦੀ ਹੈ ਤੇ ਉਹਨੂੰ ਕਹਿ ਸਿੱਖੀ ਛੱਡ ਦੇ। ਕਈ ਵਾਰ ਮਨੁੱਖ ਡੋਲ ਜਾਂਦਾ, ਕਈ ਵਾਰ ਮਨੁੱਖ ਪੁੱਤਰ ਮੋਹ ਦੇ ਵਿੱਚ ਵੀ ਡੋਲ ਜਾਂਦਾ। ਸਾਰੇ ਮਨੁੱਖ ਇੱਕੋ ਜਿਹੇ ਨਹੀਂ ਹੁੰਦੇ ਕਿ ਪੁੱਤਰ ਦੀ ਲਾਸ਼ ਜਾਂ ਪੁੱਤਰ ਦੇ ਕਤਲ ਨੂੰ ਅੱਖਾਂ ਸਾਹਮਣੇ ਵੇਖ ਸਕੇ। ਮਾਂ ਡੋਲ ਗਈ। ਸੁੱਖਾ ਸਿੰਘ ਜਦੋਂ ਰਾਤ ਨੂੰ ਘਰ ਆਇਆ ਤੇ ਸੁੱਤੇ ਪਏ ਸੁੱਖਾ ਸਿੰਘ ਦੇ ਕੇਸ ਕਤਲ ਕਰ ਦਿੱਤੇ। ਸਵੇਰੇ ਉੱਠਿਆ, ਜਦੋਂ ਕੇਸਾਂ ਨੂੰ ਹੱਥ ਮਾਰ ਕੇ ਵੇਖਿਆ, ਸਿਰ ਤੇ ਕੇਸ ਨਹੀਂ ਸੀ। ਇੰਨਾ ਰੋਇਆ ਕਿ ਰੋ ਰੋ ਕੇ ਸਾਰਾ ਜਿਸਮ ਹੰਝੂਆਂ ਦੇ ਨਾਲ ਭਿੱਜ ਗਿਆ। ਇੰਨਾ ਦੁਖੀ ਹੋਇਆ, ਜਾ ਕੇ ਖੂਹ ਚ ਛਾਲ ਮਾਰ ਦਿੱਤੀ। ਜਦੋਂ ਖੂਹ ਚ ਛਾਲ ਮਾਰੀ, ਪਿੰਡ ਨੂੰ ਪਤਾ ਲੱਗਾ ਕਿ 13-12 ਸਾਲ ਦਾ ਨੌਜਵਾਨ ਇਸ ਗੱਲੋਂ ਨਾਰਾਜ਼ ਹੋ ਕੇ ਖੂਹ ਚ ਛਾਲ ਮਾਰ ਗਿਆ। ਖੂਹ ਚੋਂ ਕੱਢਿਆ ਤੇ ਇੱਕ ਬਜ਼ੁਰਗ ਨੇ ਇੱਕ ਗੱਲ ਕਹੀ ਹੈ, ਸੁੱਖਾ ਸਿੰਘ ਜੇ ਮਰਨਾ ਹੀ ਹੈ ਫਿਰ ਦੁਸ਼ਮਣਾਂ ਨੂੰ ਮਾਰ ਕੇ ਕਿਉਂ ਨੀ ਮਰਦਾ। ਉਸੇ ਵੇਲੇ ਘਰ ਛੱਡ ਦਿੱਤਾ। ਘਰ ਛੱਡ ਕੇ ਪਹੁੰਚਿਆ ਸਰਦਾਰ ਸ਼ਾਮ ਸਿੰਘ ਹੁਣਾਂ ਦੇ ਕੋਲ। ਸਰਦਾਰ ਸ਼ਾਮ ਸਿੰਘ ਦੇ ਜਥੇ ਚ ਜਾ ਕੇ ਦੁਬਾਰਾ ਅੰਮ੍ਰਿਤਪਾਨ ਕੀਤਾ। ਉਸ ਜਥੇ ਦੇ ਵਿਚ ਹੀ ਗੁਰੂ ਕਾ ਸਿੱਖ ਜਵਾਨ ਹੋਇਆ। ਉੱਥੇ ਇਸਦਾ ਆਨੰਦ ਕਾਰਜ ਹੋਇਆ। ਇੱਕ ਘਟਨਾ ਹੋਰ ਵਾਪਰੀ। ਸਰਦਾਰ ਸੁੱਖਾ ਸਿੰਘ ਦੇ ਘਰ ਇੱਕ ਬੱਚੀ ਨੇ ਜਨਮ ਲਿਆ। ਬੇਟੀ ਦੀ ਜਨਮ ਲੈਂਦਿਆਂ ਹੀ ਮੌਤ ਹੋ ਗਈ ਤੇ ਕਿਸੇ ਨੇ ਖਾਲਸਾ ਪੰਥ ਦੇ ਕੋਲ ਇਹ ਸ਼ਿਕਾਇਤ ਕਰ ਦਿੱਤੀ ਕਿ ਬੇਟੀ ਨੂੰ ਆਪ ਮਾਰਿਆ ਗਿਆ। ਖਿਆਲ ਕਰਿਓ, ਜੰਗਲਾਂ ਦੇ ਵਿਚ ਸਿੰਘ ਨਹੀਂ ਪਰ ਕੌਮੀ ਅਖਲਾਕ। ਗੁਰੂ ਨੇ ਕਿਹਾ ਸੀ ਕੁੜੀ ਮਾਰ ਦੇ ਨਾਲ ਰਿਸ਼ਤਾ ਨਹੀਂ ਰੱਖਣਾ ਤੇ ਖਾਲਸੇ ਨੇ ਉਸੇ ਵੇਲੇ ਫੈਸਲਾ ਲੈ ਲਿਆ, ਜਿੰਨਾ ਚਿਰ ਤੱਕ ਇਹ ਸਿੱਧ ਨਹੀਂ ਹੁੰਦਾ ਕਿ ਸੁੱਖਾ ਸਿੰਘ ਕੁੜੀ ਮਾਰ ਨਹੀਂ ਹੈ, ਉਨਾ ਚਿਰ ਤੱਕ ਜਥੇ ਦੇ ਵਿਚ ਇਸ ਨੂੰ ਕੋਈ ਰਿਸ਼ਤਾ ਨਹੀਂ ਰੱਖਿਆ ਜਾਵੇ। ਐਕਸਕਮਿਊਨੀਕੇਟ ਕਰ ਦਿੱਤਾ ਸਰਦਾਰ ਸੁੱਖਾ ਸਿੰਘ। ਸਰਦਾਰ ਸੁੱਖਾ ਸਿੰਘ ਰਿੰਗਾ ਜਥੇ ਦੇ ਨਾਲ ਹੈ, ਘਰ ਨਹੀਂ ਰਹਿੰਦਾ, ਪਰ ਜਦੋਂ ਜਥਾ ਤੁਰਦਾ ਉਹ ਥੋੜਾ ਪਿੱਛੇ ਤੁਰਦਾ। ਜਦੋਂ ਸਿੰਘ ਲੰਗਰ ਤਿਆਰ ਕਰਦੇ ਨੇ, ਆਪ ਛਕਦੇ ਨੇ, ਉੱਚੀ ਆਵਾਜ਼ ਦੇ ਦਿੰਦੇ ਨੇ ਲੰਗਰ ਤਿਆਰ ਹੈ ਆ ਕੇ ਛਕ ਲਓ, ਤੇ ਸਰਦਾਰ ਸੁੱਖਾ ਸਿੰਘ ਦਾ ਲੰਗਰ ਇੱਕ ਭਾਂਡੇ ਚ ਪਾ ਕੇ ਰੁੱਖ ਤੇ ਟੰਗ ਦਿੰਦੇ। ਅਖੀਰ ਇੱਕ ਦਿਨ ਕੀ ਹੋਇਆ, ਇੱਕ ਗਸ਼ਤੀ ਫੌਜ ਦੇ ਨਾਲ ਮੁਕਾਬਲਾ ਹੋਇਆ। ਇੱਕ ਬੜੀ ਆਰਮਰ ਡਰੈਸ ਦੇ ਵਿਚ, ਬੜੀ ਸੰਜੋਹ ਦੇ ਵਿਚ ਢੱਕਿਆ ਹੋਇਆ ਪਠਾਨ ਜਿਹੜਾ ਕਈ ਸਿੰਘਾਂ ਨੂੰ ਕਤਲ ਕਰ ਰਿਹਾ ਸੀ, ਸਰਦਾਰ ਸੁੱਖਾ ਸਿੰਘ ਉਹਦੇ ਮੁਕਾਬਲੇ ਤੇ ਜਾ ਕੇ ਖੜਾ ਹੋਇਆ। ਇੰਨੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਕਿ ਇੱਕ ਨੇਜਾ ਮਾਰਿਆ ਉਹਦੇ ਮੂੰਹ ਦੇ ਵਿਚ, ਜਿਹੜਾ ਸੰਜੋਹ ਨੂੰ ਚੀਰਦਾ ਹੋਇਆ ਗਲ ਦੇ ਆਰ ਪਾਰ ਹੋ ਗਿਆ ਤੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ। ਖਾਲਸੇ ਨੇ ਉਸੇ ਵੇਲੇ ਸੁੱਖਾ ਸਿੰਘ ਨੂੰ ਗਲ ਦੇ ਨਾਲ ਲਾਇਆ ਤੇ ਉਹਨੂੰ ਕਿਹਾ, ਅਸੀਂ ਤੈਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ, ਤੂੰ ਸੰਜੋਹ ਦੇ ਨਾਲ ਢੱਕੇ ਹੋਏ ਇੱਕ ਪਠਾਨ ਨੂੰ ਜ਼ਮੀਨ ਤੇ ਸੁੱਟ ਦਿੱਤਾ। ਤੇ ਸਰਦਾਰ ਸੁੱਖਾ ਸਿੰਘ ਨੇ ਕਿਹਾ, ਜੇ ਤੁਸੀਂ ਮੇਰੇ ਨਾਲ ਇੰਨਾ ਹੀ ਪਿਆਰ ਜਤਾਉਂਦੇ ਹੋ ਤਾਂ ਮੇਰੇ ਤੇ ਜਿਹੜਾ ਕੁੜੀ ਮਾਰ ਦਾ ਦੋਸ਼ ਲੱਗਾ ਉਸ ਨੂੰ ਛੱਡ ਦਿਓ। ਉਸ ਨੂੰ ਛੱਡ ਕੇ ਦੁਬਾਰਾ ਪੰਥ ਦੇ ਵਿਚ ਸ਼ਾਮਲ ਕੀਤਾ ਗਿਆ। ਇਹ ਸੀ ਸਰਦਾਰ ਸੁੱਖਾ ਸਿੰਘ ਜਿਹੜਾ ਸਰਦਾਰ ਮਹਿਤਾਬ ਸਿੰਘ ਦੇ ਨਾਲ ਤੁਰਿਆ। ਘੋੜਿਆਂ ਦੇ ਉੱਪਰ ਸਵਾਰ ਹੋ ਕੇ ਇਹ ਸਿੰਘ ਦੋਵੇਂ ਪਹੁੰਚੇ ਨੇ ਅੰਮ੍ਰਿਤਸਰ ਦੇ ਨੇੜੇ। ਇੱਕ ਪਿੰਡ ਦੇ ਵਿਚ ਪਹਿਲਾਂ ਰੁਕ ਕੇ ਇਨ੍ਹਾਂ ਨੇ ਕੁਛ ਠੀਕਰੀਆਂ, ਕੁਛ ਲੋਹੇ ਦੇ ਟੁਕੜੇ ਇਕੱਠੇ ਕਰਕੇ ਬੋਰੀਆਂ ਦੇ ਵਿਚ ਭਰੇ। ਮੁਸਲਮਾਨੀ ਚੌਧਰੀਆਂ ਦਾ ਰੂਪ ਧਾਰਨ ਕਰਕੇ ਇਹ ਦੋਵੇਂ ਸਿੰਘ ਹਰਿਮੰਦਰ ਸਾਹਿਬ ਪਹੁੰਚੇ ਨੇ। ਇਹ ਗੱਲ ਹੈ ਜਿੱਦਣ ਹਰਿਮੰਦਰ ਸਾਹਿਬ ਪਹੁੰਚਦੇ ਨੇ, 6 ਮਈ 1740 ਦੀ ਗੱਲ। 6 ਮਈ 1740 ਨੂੰ ਇਹ ਦੋਵੇਂ ਸਿੰਘ ਪਹੁੰਚਦੇ ਨੇ ਹਰਿਮੰਦਰ ਸਾਹਿਬ ਤੇ ਸਭ ਤੋਂ ਪਹਿਲਾਂ ਆ ਕੇ ਅਰਦਾਸ ਕਰਕੇ ਪਾਤਸ਼ਾਹ ਦੇ ਕੋਲੋਂ ਗੁਸਤਾਖੀ ਦੀ ਖਿਮਾ ਮੰਗਦੇ ਨੇ। ਕਿਹੜੀ ਗੁਸਤਾਖੀ ਕਰ ਦਿੱਤੀ ਨੇ?
ਗੁਸਤਾਖੀ ਇਹ ਕੀਤੀ ਕਿ ਜੇ ਇਹ ਸਿੰਘ ਘੋੜੇ ਪਿੱਛੇ ਛੱਡ ਕੇ ਤੇ ਜੋੜੇ ਲਾ ਕੇ ਜਾਂਦੇ ਮੁਸਲਮਾਨਾਂ ਨੇ ਸਮਝਣਾ ਸੀ ਸਿੱਖ ਹੈ। ਲਾਚੀ ਬੇਰੀ ਤੱਕ ਇਹ ਸਿੱਖ ਘੋੜੇ ਨਾਲ ਲੈ ਕੇ ਗਏ ਤੇ ਜੋੜੇ ਪਾ ਕੇ ਗਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਮੁਸਲਮਾਨਾਂ ਨੂੰ ਕਿ ਇਹ ਵੀ ਮੁਸਲਮਾਨ। ਲਾਚੀ ਬੇਰੀ ਦੇ ਨਾਲ ਘੋੜੇ ਬੰਨ ਕੇ ਇਹ ਸਿੰਘ ਅੰਦਰ ਗਏ ਨੇ। ਫਿਰ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦੇ ਜਾ ਰਹੇ ਨੇ, ਪਾਤਸ਼ਾਹ ਅੱਜ ਮਜਬੂਰੀ ਬਣ ਗਈ ਹੈ, ਜਿਸ ਸਥਾਨ ਤੇ ਕਦੀ ਤੇਰਾ ਪ੍ਰਕਾਸ਼ ਸੁਸ਼ੋਭਿਤ ਸੀ ਅੱਜ ਸਾਨੂੰ ਖੂਨ ਡੋਲਣਾ ਪੈਣਾ। ਪਾਤਸ਼ਾਹ ਮਜਬੂਰੀ ਬਣ ਗਈ ਹੈ, ਮਾਫ਼ ਕਰੀ ਤੇਰੇ ਗੁਰੂ ਧਰ ਦੀ, ਤੇਰੇ ਉਸ ਪਵਿੱਤਰ ਹਰਿਮੰਦਰ ਦੀ, ਤੇਰੇ ਸਿੱਖਾਂ ਦੇ ਉਸ ਦਿਲ ਦੀ ਜਿਹੜੀ ਹੋ ਰਹੀ ਬੇਅਦਬੀ ਹੈ ਉਹਨੂੰ ਧੋਣ ਦੇ ਵਾਸਤੇ ਸਾਨੂੰ ਇਹ ਖੂਨ ਡੋਲਣਾ ਪੈਣਾ, ਪਾਤਸ਼ਾਹ ਮਾਫ਼ ਕਰੀ। ਗਏ ਅੰਦਰ ਜਾ ਕੇ ਜਿਹੜਾ ਨਜ਼ਾਰਾ ਵੇਖਿਆ ਅੱਖਾਂ ਦੇ ਵਿੱਚ ਹੰਝੂ ਆ ਗਏ। ਕੰਜਰੀਆਂ ਨੱਚ ਰਹੀਆਂ ਸੀ, ਤਬਲੇ ਵਾਲੇ ਤਬਲੇ ਵਜਾ ਰਹੇ ਸੀ, ਇੱਕ ਹੁੱਕਾ ਲੈ ਕੇ ਮੱਸਾ ਰੰਗੜ ਪੀ ਰਿਹਾ ਸੀ, ਲਾਗੇ ਸ਼ਰਾਬ ਦੀ ਸੁਰਾਹੀ ਪਈ ਸੀ। ਅੱਖਾਂ ਦੇ ਵਿੱਚ ਹੰਝੂ, ਸੀਨੇ ਦੇ ਵਿੱਚ ਜੋਸ਼, ਟੌਲੇ ਫੜਕ ਰਹੇ ਨੇ, ਸ਼ਮਸ਼ੀਰਾਂ ਦੇ ਦਸਤਿਆਂ ਦੇ ਉੱਪਰ ਹੱਥ ਨੇ, ਕਿਹੜੇ ਵੇਲੇ ਬੇਮਿਆਨ ਕੀਤੀਆਂ ਜਾਣ। ਉਸੇ ਵੇਲੇ ਉਹ ਬੋਰੀ ਜਿਹੜੀ ਸੀ ਠੀਕਰੀਆਂ ਨਾਲ ਭਰੀ ਹੋਈ ਜਾ ਕੇ ਅੱਗੇ ਰੱਖੀ, ਇਕਦਮ ਨਾਚ ਰੁਕ ਗਿਆ। ਮੱਸਾ ਰੰਗੜ ਕਹਿੰਦਾ, ਕੌਣ ਹੋ, ਕਿੱਥੋਂ ਆਏ ਹੋ? ਪਿੰਡ ਦੇ ਚੌਧਰੀ ਆ ਜੀ, ਲੁੱਟ ਮਾਰ ਕੀਤੀ ਸੀ, ਸਿੰਘਾਂ ਦਾ ਖਜ਼ਾਨਾ ਲੁੱਟ ਕੇ ਤੁਹਾਨੂੰ ਭੇਟ ਕਰਨਾ ਹੈ। ਅੱਖਾਂ ਨੂੰ ਚਾਹ ਚੜ ਗਿਆ ਮੱਸਾ ਰੰਗੜ ਦੀਆਂ, ਮਸਾਲੂਦੀਨ ਦੀਆਂ ਅੱਖਾਂ ਨੂੰ। ਇਕਦਮ ਵੇਖਣ ਦੇ ਵਾਸਤੇ ਬੋਰੀ ਵੱਲ ਸਿਰ ਖਾਂ ਕੀਤਾ, ਇੱਕ ਸਿੰਘ ਨੇ ਕਿਰਪਾਨ ਮਾਰੀ, ਸਿਰ ਤੱਕ ਤੋਂ ਜ਼ੁਦਾ ਕਰਕੇ ਰੱਖ ਦਿੱਤਾ। ਉਸ ਸਿਰ ਨੂੰ ਨੇਚੇ ਤੇ ਟੰਗ ਕੇ ਇਹ ਗੁਰੂ ਦੇ ਨਾਲ ਪਹੁੰਚੇ ਨੇ ਉਸ ਥਾਂ ਤੇ ਬੁੱਢਾ ਜੌੜ ਦੇ ਵਿਚ। ਜਦੋਂ ਖਾਲਸਾ ਪੰਥ ਨੇ ਵੇਖਿਆ ਕਿ ਸਿੰਘਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਗੜ ਦਾ ਸਿਰ ਵੱਢ ਕੇ ਬਦਲਾ ਲੈ ਲਿਆ, ਉਸੇ ਵੇਲੇ ਇੱਕ ਜਕਾਰਾ ਫਿਜ਼ਾ ਦੇ ਵਿਚ ਗੂੰਜਿਆ। ਉਹ ਜਕਾਰਾ ਸੀ, ਬੋਲੇ ਸੋ ਨਿਹਾਲ, ਮੱਸਾ ਰੰਗੜ ਦਾ ਪਰਿਵਾਰ ਜਾ ਕੇ ਰੋਇਆ ਜ਼ਕਰੀਆ ਖਾਨ ਦੇ ਕੋਲ। ਤੂੰ ਤਾਂ ਉਸਨੂੰ ਇੰਨੀ ਖੋਲ ਦਿੱਤੀ ਸੀ ਤੇ ਅੱਜ ਤੇ ਉਸਦਾ ਧੜ ਸਾਡੇ ਘਰ ਵਾਪਸ ਆਇਆ ਦਫ਼ਨ ਕਰਨ ਦੇ ਵਾਸਤੇ, ਉਹਦਾ ਤਾਂ ਸਿਰ ਵੀ ਸਿੰਘ ਲਾ ਕੇ ਲੈ ਗਏ। ਉਸੇ ਵੇਲੇ ਜ਼ਕਰੀਆ ਖਾਨ ਨੇ ਇੱਕ ਹੁਕਮ ਦਿੱਤਾ। ਜ਼ਕਰੀਆ ਖਾਨ ਨੇ ਕਿਹਾ ਕਿ ਮਹਿਤਾਬ ਸਿੰਘ ਦਾ ਜਿਹੜਾ ਪਰਿਵਾਰ ਹੈ ਉਸਨੂੰ ਖਤਮ ਕਰ ਦਿੱਤਾ ਜਾਵੇ। ਮੀਰਾਂ ਕੋਟ ਦੇ ਵਿਚ ਮਹਿਤਾਬ ਸਿੰਘ ਦਾ ਪਰਿਵਾਰ, ਜਿਨ੍ਹਾਂ ਚ ਕੁਝ ਦਾ ਛੋਟਾ ਜਿਹਾ ਬੱਚਾ ਸੀ ਸਰਦਾਰ ਰਾਏ ਸੀ, ਉਹ ਰਹਿੰਦਾ ਸੀ। ਜਦੋਂ ਗਸ਼ਤੀ ਫੌਜਾਂ ਪਿੰਡ ਗਈਆਂ ਤਾਂ ਪਤਾ ਲੱਗਾ ਕਿ ਪਰਿਵਾਰ ਪਿੰਡੋਂ ਜਾ ਚੁੱਕਾ ਹੈ। ਪਰਿਵਾਰ ਗਿਆ ਨਹੀਂ ਸੀ, ਸਰਦਾਰ ਮਹਿਤਾਬ ਸਿੰਘ ਦਾ ਇੱਕ ਦੋਸਤ ਸੀ ਨੱਥਾ ਖਹਿਰਾ। ਇੱਕ ਖਿਆਲ ਕਰਿਓ, ਕਈ ਵਾਰੀ ਇਸ ਇੱਕ ਕਹਾਵਤ ਬਣਾ ਲਈ ਹੈ ਤੇ ਜਦੋਂ ਕਹਾਵਤਾਂ ਦਾ ਪਿਛੋਕੜ ਨਾ ਪਤਾ ਹੋਵੇ ਨਾ ਤੇ ਗੁਰੂ ਸਵਾਰਿਓ ਮੈਂ ਸੋਚਦਾ ਅਰਥਾਂ ਦੇ ਅਨਰਥ ਹੋ ਜਾਂਦੇ ਨੇ। ਇੱਕ ਕਹਾਵਤ ਸਾਡੀ ਜ਼ਬਾਨ ਤੇ ਆਮ ਚੜੀ ਹੈ, ਐਰਾ ਗੈਰਾ ਨੱਥੂ ਖਹਿਰਾ। ਇਹ ਕਹਾਵਤ ਪਤਾ ਕੀ ਸੀ ਕਿ ਐਰਾ ਗੈਰਾ ਨੱਥੂ ਖਹਿਰਾ ਨਹੀਂ ਹੋ ਸਕਦਾ। ਅਸੀਂ ਕਹਾਵਤ ਬਣਾ ਲਈ ਐਰਾ ਗੈਰਾ ਨੱਥੂ ਖਹਿਰਾ, ਕਹਾਵਤ ਸੀ ਕਿ ਐਰਾ ਗੈਰਾ ਨੱਥੂ ਖਹਿਰਾ ਨਹੀਂ ਬਣ ਸਕਦਾ, ਨੱਥੂ ਖਹਿਰਾ ਕੋਈ ਕੋਈ ਮਾਂ ਜੰਮਦੀ ਹੈ। ਮਹਿਤਾਬ ਸਿੰਘ ਦਾ ਦੋਸਤ ਨੱਥੂ ਖਹਿਰਾ, ਨੱਥੂ ਖਹਿਰੇ ਨੂੰ ਜਾ ਕੇ ਨਵਾਬ ਨੇ ਪੁੱਛਿਆ, ਗਸ਼ਤੀ ਫੌਜਾਂ ਦੇ ਕਮਾਂਡਰ ਨੇ, ਕਿ ਪਤਾ ਲੱਗਾ ਮਹਿਤਾਬ ਸਿੰਘ ਦਾ ਪੁੱਤ ਰਾਏ ਸਿੰਘ ਛੋਟਾ ਜਿਹਾ ਤੇਰੇ ਘਰ ਲੁਕਿਆ। ਕਹਿੰਦਾ ਨਹੀਂ, ਮੇਰੇ ਘਰ ਨਹੀਂ। ਇੱਕ ਵਾਰੀ ਤਾਂ ਕਮਾਂਡਰ ਵਾਪਸ ਚਲਾ ਗਿਆ, ਸੂ ਫਿਰ ਮਿਲ ਗਈ ਕਿ ਇਹਨੇ ਉਸਨੇ ਪੁੱਤ ਨੂੰ ਆਪਣੇ ਘਰ ਲੁਕਾਇਆ ਹੋਇਆ। ਜਦੋਂ ਦੁਬਾਰਾ ਫੌਜਾਂ ਹਮਲਾਵਰ ਹੋਈਆਂ ਤੇ ਸਰਦਾਰ ਨੱਥਾ ਖਹਿਰਾ ਆਪਣੇ ਦੋ ਭਤੀਜੇ, ਇੱਕ ਭਰਾ, ਇੱਕ ਨੌਕਰ ਤੇ ਇੱਕ ਸਰਦਾਰ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਲੈ ਕੇ ਪਿੰਡੋਂ ਬਾਹਰ ਨਿਕਲਿਆ। ਫੌਜਾਂ ਨੇ ਘੇਰਿਆ, ਮੁਕਾਬਲਾ ਹੋਇਆ। ਉਸ ਮੁਕਾਬਲੇ ਦੇ ਵਿਚ ਨੱਥਾ ਖਹਿਰਾ ਸ਼ਹੀਦ ਹੋਇਆ, ਪੁੱਤਰ ਸ਼ਹੀਦ ਹੋਇਆ, ਭਰਾ ਸ਼ਹੀਦ ਹੋਇਆ, ਦੋਸਤ ਸ਼ਹੀਦ ਹੋਇਆ ਤੇ ਬਚਾਇਆ ਆਪਣੇ ਦੋਸਤ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ। ਉਹ ਸੀ ਨੱਥੂ ਖਹਿਰਾ ਜਿਹਦੀ ਅਸੀਂ ਕਹਾਵਤ ਬਣਾ ਦਿੱਤੀ, ਐਰਾ ਗੈਰਾ ਨੱਥੂ ਖਹਿਰਾ। ਨੱਥੂ ਖਹਿਰਾ ਉਹ ਸੀ ਜਿਸ ਨੇ ਦੋਸਤ ਦੇ ਨਾਲ ਦੋਸਤੀ ਨੂੰ ਨਿਭਾਉਂਦਿਆਂ ਆਪਣੇ ਪੁੱਤਰ ਭਤੀਜੇ ਤੇ ਭਰਾ ਨੂੰ ਕੁਰਬਾਨ ਕਰ ਦਿੱਤਾ, ਸਰਦਾਰ ਰਾਏ ਸਿੰਘ ਨੂੰ ਬਚਾਇਆ। ਸਰਦਾਰ ਰਾਏ ਸਿੰਘ ਦੇ ਸਰੀਰ ਤੇ ਜ਼ਖਮਾਂ ਦੇ ਫੱਟ ਸੀ। ਇੱਕ ਬੀਬੀ ਨੇ ਚੁੱਕ ਕੇ ਉਹਨੂੰ ਆਪਣੇ ਘਰ ਚ ਲਿਆਂਦਾ, ਜ਼ਰਾ ਦੇ ਕੋਲੋਂ ਜ਼ਖਮ ਸੁਆਏ ਤੇ ਇਸ ਤਰ੍ਹਾਂ 6 ਮਈ 1740 ਨੂੰ ਹਰਿਮੰਦਰ ਸਾਹਿਬ ਦੀ ਬੇਅਦਬੀ ਲੈਣ ਵਾਲਾ, ਬੇਅਦਬੀ ਦਾ ਬਦਲਾ ਲੈ ਕੇ ਖਾਲਸਾ ਪੰਥ ਨੇ ਆਪਣੀਆਂ ਸ਼ਾਹੀ ਰਵਾਇਤਾਂ ਜਿਹੜੀਆਂ ਸੀ ਉਹਨਾਂ ਨੂੰ ਕਾਇਮ ਕੀਤਾ। ਸੋ ਇਹ ਅੱਜ ਦਾ ਵਿਸ਼ਾ ਸੀ ਕਿ ਅਸੀਂ 30 ਮਾਰਚ 1726 ਤੋਂ ਲੈ ਕੇ 6 ਮਈ
1740 तक सिखा ने किस तरह जिंदगी जिहड़ी है इन्हां हालातां विच बसर कीती है ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕੱਲ ਇਸ ਤੋਂ ਅੱਗੇ ਘੱਲੂਕਾਰੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਕੋਈ ਰਸਨਾ ਵਾਂਝੀ ਨਾ ਰਹੇ। ਆਓ ਪਾਈਏ ਫਤਿਹ ਦੀ ਸਾਂਝ, ਕੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।